بسم الله الرحمن الرحيم يا أيها الذين آمنوا كونوا قوامين بالقسط شهداء لله ولو على أنفسكم أو الوالدين والأقربين إن يكن غنيا أو فقيرا فالله أولى بهما فلا تتبعوا الهوى أن تعدلوا وإن تلووا أو تعرضوا فإن الله كان بما تعملون خبيرا. حاضرین کرام، سورہ النساء دی 135 آیت پڑھی. اللہ رب العالمین نے اہل چہل ایمان نو حکم دیتا، تسی جتنے ایمان لے آئے جی اللہ دی خاطر اٹھ کھڑے ہو تے حق بات کو، تہاڈا فریضہ ہے جے ایمان لیندا تے حق دا اعلان کرن والے بن، کوئی چیز جڑی ہے اودے کمی بیشی نہیں کرنی، اور نال ہی خطرے کو آگاہ کرتا کہ حق کہنا، انصاف دی بات کرنا بہت دشوار ہے. تے تہاڈے اندر ایک ایسا جذبہ جنوں ہوا کیا جاندا، تہاڈا اپنا میلان اور رجحان تہانوں گمراہ کر، ਇਹ ਦਿਨ ਇਹ ਹੁੰਦਾ ਵੀ ਯਾਰ ਤੁਸੀਂ ਬਾਤ ਚ ਪਾ ਜਾਂਦੇ ਦੇ ਜਾਂ ਉਹਦੇ ਚ ਕੋਈ ਵਲ ਪਾ ਦਿੰਦੇ ਦੇ. ਆਪਣੇ ਪਿਆਰ ਔਰ ਆਪਣੇ ਨਾਰਾਜ਼ਗੀ ਨੂੰ ਨਹੀਂ ਸਾਹਮਣੇ ਰੱਖਿਆ, ਪੁਲਿਸ ਰਾਤ ਤੇ ਖੜੇ ਹੋ ਗਏ ਅਸੀਂ, ਬੰਦਾ ਇੱਥੇ ਫਸ ਜਾਂਦਾ. ਕਿਸੇ ਨਾਲ ਮੁਹੱਬਤ ਹੁੰਦੀ ਆਦਮੀ ਉਹਦੇ ਹੱਕ ਕਹਿਣਾ ਚਾਹੁੰਦਾ, ਕਿਸੇ ਨਾਲ ਨਾਰਾਜ਼ਗੀ ਹੁੰਦੀ ਉਹਦੇ ਖਿਲਾਫ਼ ਗੱਲ ਕਰਨਾ ਚਾਹੁੰਦਾ. ਇੱਕ ਇਨਸਾਨ ਦੀ ਫਿਤਰਤ ਹੈ, ਅੱਲਾਹ ਰੋਕਦਾ ਕਿ ਇਸ ਸ਼ਾਇਨ ਇਨਸਾਫ਼ ਦਾ ਬੇੜਾ ਗਰਕ ਕਰ ਦੇਣਾ ਨਾ ਐਸਾ ਅੰਤਾ ਦੇ ਰੂਪ ਇਨਸਾਫ ਰਹਿ ਜਾਣਾ, ਫਿਰ ਹੱਕ ਬਾਤ ਨਹੀਂ ਆਉਣੀ. ਤੂੰ ਆਪਣੇ ਮਹਿਬੂਬ ਦੀਆਂ ਅੱਛਾਈਆਂ ਹੀ ਬਿਆਨ ਕਰਨੀਆਂ, ਉਹਦੀ ਖਾਮੀ ਨਹੀਂ ਮੰਨਣੀ. ਜਿਹੜਾ ਦੁਸ਼ਮਣ ਆ ਉਹਨੇ ਉਹਦੇ ਤੂੰ ਖੂਬੀ ਨਹੀਂ ਮੰਨਣੀ, ਬੁਰਾਈਆਂ ਨਜ਼ਰ ਆਉਣੀ. ਤੇ ਜੋ ਕੁਛ ਤੁਸੀਂ ਕਰਦੇ ਜੇ ਅੱਲਾਹ ਨੂੰ ਖਬਰ ਹੈ, ਡਰ ਕੇ ਇਹ ਹਰ ਮਾਮਲੇ ਲਈ ਸਾਨੂੰ ਅਦਰ ਦਾ ਹੁਕਮ ਹੈ. ਘਰ ਚ ਬੈਠੇ ਹੋਈਏ, ਅਦਾਲਤ ਚ ਹੋਈਏ, ਦੀਨੀ ਕੋਈ ਮਾਮਲਾ ਹੋਵੇ, ਤਾਰੀਖੀ ਮਸਲਾ ਹੋਵੇ, ਅਦਲ ਤੁਸੀਂ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਹੱਕ ਬਾਤ ਕਰਨਾ. ਮਗਰ ਇਹ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਕਿ ਹਵਾ ਇਨਸਾਨ ਦਾ ਆਪਣਾ ਮੈਲਾਨ ਔਰ ਜਹਾਨ ਦਖਲ ਅੰਦਾਜ਼ ਹੈ, ਔਰ ਇਹਦੇ ਪਰੋਂ ਇਤਨਾ ਬੜਾ ਸਾਨਿਆ ਪੇਸ਼ ਆਇਆ ਜਿਹਦਾ ਤਸੱਵਰ ਵੀ ਨਹੀਂ ਕਰ ਸਕਦੇ. ਮੁਸਲਮਾਨ ਕਹਿਲਾਉਣ ਵਾਲੇ, ਹਦੀਸਾਂ ਬਿਆਨ ਕਰਨ ਵਾਲੇ, ਜਿਹੜੇ ਕਿਸੇ ਨਾਲ ਪਿਆਰ ਕਰਦੇ ਸੀ ਉਹਦੀ ਸ਼ਾਨ ਝੂਠੀਆਂ ਬਣਾਈ ਗਏ ਰਸੂਲਾਂ ਦਾ ਨਾਮ, ਏਡਾ ਵੱਡਾ ਜੁਰਮ ਇਸ ਉਮਤ ਨੇ ਕੀਤਾ ਕਿ ਆਲਮ ਦਰਸਾਂ ਵਿੱਚ ਰਸੂਲਾਂ ਨੇ ਫਰਮਾਇਆ ਸਾਬੀਆ ਦੇ ਉਹ ਸ਼ਾਨਾ ਬਿਆਨ ਕਰੀ ਮਨਾਫਿਰ. ਦੂਸਰੇ ਪਾਸੇ ਦੁਸ਼ਮਣ ਆ ਉਹ ਵੀ ਕਹੀ ਜਾਂਦੇ ਰਸੂਲਾਂ ਨੇ, ਉਹ ਬੰਦਾ ਇੱਕੋ ਹੀ ਹਜ਼ੂਰ ਨੇ ਇਹਦੇ ਬਾਰੇ ਚਾਹ ਦੀ ਏਡੀ ਸਮਝੋ ਇਹ ਮੁਸੀਬਤ ਆ. ਹਦੀਸ ਦੇ ਦਫ਼ਤਰਾਂ ਦੇ ਤੋਂ ਆਦਮੀ ਹੈਰਾਨ ਰਹਿ ਗਏ, ਯਾਰ ਰਸੂਲਾਂ ਦੀਆਂ ਦੋ ਜ਼ਬਾਨਾਂ, ਇਸੇ ਬੰਦੇ ਨੂੰ ਜੰਨਤੀ ਕਹੀ ਜਾਂਦੇ ਆ, ਇਸੇ ਨੂੰ ਦੋਸਤੀ ਕਹੀ ਜਾਂਦੀ. ਯਾਰ ਏਡੇ ਦਜਾਲ ਪੈਦਾ ਹੋਏ ਜਿਹਨਾਂ ਨੇ ਕੂਹ ਨੂੰ ਕਵਾ ਮੀਆਂ ਬਿਲਕਿਸ ਸ਼ਹਾਦਾ ਲੱਲਾ ਨੂੰ ਛੱਡ ਦਿੱਤਾ. ਇਹ ਹੱਕ ਗੱਲ ਕਹੋ ਜਿਹੜੀ ਹੈਗੀ ਆ, ਕੋਈ ਖਾਮੀ ਆ ਤੇ ਮੰਨ ਲਓ, ਜੇ ਅੱਛਾਈ ਆ ਕੋਈ ਵੀ ਦਾਨ ਕਰੋ. ਜਿਹੜੇ ਨਾਰਾਜ਼ ਹੋ ਗਏ ਉਹਨਾਂ ਨੂੰ ਸਰਾਪਾ ਐਬ ਨਜ਼ਰ ਆਇਆ, ਸਿਰ ਤੋਂ ਪੈਰਾਂ ਤੱਕ ਝੂਠਾ ਮਜਮੂਆ, ਬੁਰਾ ਹੀ ਬੁਰਾ. ਜਿਹੜੇ ਮੁਹੱਬਤ ਕਰਨ ਲੱਗ ਪਏ ਉਹਨਾਂ ਵੀ ਅਖੀਰ ਕਰ. ਮੈਂ ਨਮੂਨੇ ਦੇ ਦੌਰੇ ਚੋਂ ਇੱਕ ਦੋ ਹਦੀਸਾਂ ਪੜ੍ਹਦੇ ਹਾਂ ਕਿ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਤਾਲਾ ਨੂੰ ਰਸੂਲਾਂ ਦੇ ਉਹ ਬਰਾਦਰੇ ਨਿਸਬਤੀ ਹੈ, ਕੋਈ ਸ਼ੱਕ ਨਹੀਂ ਹਜ਼ੂਰ ਦੇ ਜ਼ਮਾਨੇ ਚ ਇਸਲਾਮ ਦੇ ਆਏ. ਉੱਤੋਂ ਜਾ ਕੇ ਦੋ ਚਾਰ ਪੁਸ਼ਤਾਂ ਆਪਦੇ ਖਾਨਦਾਨ ਸੇ ਅਬਦ ਮਨਾਫ ਚੋਂ ਆ, ਔਰ ਉਹਨਾਂ ਦੀ ਹਮਸੀਰਾ ਹਜ਼ਰਤ ਉਮੇ ਹਬੀਬਾ ਰਜ਼ੀ ਅੱਲਾਹ ਤਾਲਾ ਰਸੂਲਾਂ ਦੀ ਬੀਵੀ ਹੈ, ਮੋਮਨਾਂ ਦੀ ਮਾਂ ਹੈ. ਮਗਰ ਇਹਦੇ ਨਾਲ ਇਹ ਵੀ ਹਕੀਕਤ ਹੈ ਕਿ ਉਹਨਾਂ ਕੋਲ ਕੁਛ ਕੰਮ ਗਲਤ ਹੋਏ, ਇਹਨੂੰ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੈ ਤੇ ਇੱਕ ਨਾ ਹਮਾਲੀਆ ਢਾਉਣਾ ਚਾਹੇ ਢਾਇਆ ਨਹੀਂ ਜਾਣਾ,
ਇਹ ਹਦੀਸ ਦੇ ਅੰਦਰ ਵੀ ਤਾਰੀਖ ਦੇ ਅੰਦਰ ਵੀ ਦਫ਼ਤਰ ਮੌਜੂਦ ਹੈ ਕਿ ਇਸ ਉਮਤ ਦੀ ਬਰਬਾਦੀ ਚ ਬਹੁਤ ਬੜਾ ਦਖਲ ਹਜ਼ਰਤ ਮੁਆਵਿਆ ਨੇ। ਇਸ ਗੱਲ ਨੂੰ ਕੋਈ ਬੰਦਾ ਛੁਪਾ ਨਹੀਂ ਸਕਦਾ ਕਿ ਉਹ ਲਾਨਤ ਜਿਹੜੀ ਇਸ ਉਮਤ ਤੇ ਅੱਜ ਤੱਕ ਮੁਸਲਤ ਹੈ, ਸਾਡੇ ਕੋਲੋਂ ਤੋਂ ਜਾਨ ਫਿਰਾਉਣ ਲਈ ਕੋਈ ਤਦਬੀਰ ਕਾਮਯਾਬ ਨਹੀਂ ਹੋ ਰਹੀ। ਮਰੂਕੀਅਤ ਔਰ ਜਬਰ ਦੀ ਹਕੂਮਤ ਇਮਾਮ ਉਲ ਜਬਾਬਰਾ ਹੋਈ, ਇਹਨਾਂ ਜੱਬਾਰਾਂ ਨੂੰ ਉਹਨਾਂ ਪੈਦਾ ਕੀਤਾ। ਔਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਫਰਮਾਇਆ ਵੀ ਖਿਲਾਫਤ 30 ਸਾਲ ਹੈ, ਸੁਮਾ ਯਕੂਨ ਮੁਲਕ ਨਜ਼ੂਲ, ਫਿਰ ਜਿਹੜੇ ਆਉਣੇ ਉਹ ਜ਼ਾਲਮ ਹਾਕਮ ਹੋਣੇ। ਇਸ ਜ਼ਾਲਮ ਹਕੂਮਤ ਦੀ ਬੁਨਿਆਦ ਉਹਨਾਂ ਨੇ, ਮਗਰ ਇਹਦੇ ਨਾਲ ਇਹ ਨਹੀਂ ਉਹਨਾਂ ਕੋਈ ਖੂਬੀ ਹੈ ਨਹੀਂ, ਜਿਹਨਾਂ ਮੁਹੱਬਤ ਕੀਤੀ ਉਹਨਾਂ ਨੇ ਵੀ ਰਸੂਲਾ ਦਾ ਨਾਂ ਗਲਤ ਇਸਤੇਮਾਲ ਕੀਤਾ। ਕਮਜ਼ੋਰ ਰੱਦੀ ਰਵਾਇਤਾਂ ਇਹਨਾਂ ਇਕੱਠੀਆਂ ਕੀਤੀਆਂ ਗਈਆਂ ਦੋ ਜਿਲਦਾਂ, ਔਰ ਇਹਦਾ ਹਾਸ਼ੀਆ ਬਰਾਦਰ ਮੁਹਤਰਮ ਮੌਲਾਨਾ ਇਰਸ਼ਾਦ ਉੱਲ੍ਹਾ ਕਸਰੀ ਸਾਹਿਬ ਨੇ ਲਿਖਿਆ। ਬੜੀ ਅੱਛੀ ਕਿਤਾਬ ਹੈ ਇਮਾਮ ਇਬਨ ਚੌਧਰੀ ਦੀ, ਕਮਜ਼ੋਰ ਹੀ ਹਦੀਸਾਂ, ਕਿਆ ਨਹੀਂ ਠੀਕ ਕਿਆ ਨਹੀਂ ਠੀਕ। ਤੇ ਇਹ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਤਾਲਾ ਦੇ ਬਾਰੇ ਸੀ, ਜਿਹੜੇ ਮੁਹੱਬਤ ਕਰਨ ਵਾਲੇ ਸੀ ਭਾਈ, ਉਹਨਾਂ ਦਾ ਦਾਰ ਲੱਗਾ ਤੇ ਉਹਨਾਂ ਨੇ ਇਹ ਕਿਹਾ ਕਿ ਰਸੂਲ ਕਰੀਮ ਅਲੈਹ ਸਲਾਮ ਕਈ ਦਿਨ ਫਰਮਾਉਂਦੇ ਰਹੇ ਵੀ ਇਸ ਦਰਵਾਜ਼ੇ ਚੋਂ ਜੰਨਤੀ ਬੰਦਾ ਆਉਣਾ। ਹਜ਼ਰਤ ਮੁਆਵਿਆ ਹੈ, ਅਗਲੇ ਦਿਨ ਵੀ ਉਹ ਕਿਹਾ ਕਿ ਇਸ ਦਰਵਾਜ਼ੇ ਨੂੰ ਜੰਨਤੀ ਦਾਖਲ ਹੋਣਾ। ਹਜ਼ਰਤ ਮੁਆਵਿਆ, ਕਿਸੇ ਬੰਦੇ ਨੇ ਕਿਹਾ ਕਿ ਯਾ ਰਸੂਲ ਇਹੋ ਬੰਦਾ, ਆਪ ਨੇ ਆਖਿਆ ਹਾਂ ਇਹ ਮੁਆਵਿਆ, ਤੂੰ ਮੇਰੇ ਚੋਂ ਆ ਮੈਂ ਤੇਰੇ ਕੰਨ ਤਾਂ ਮੈਨੂੰ ਯਾਰਾ ਮਿਨਕਾ, ਤੇ ਜੰਨਤ ਦੇ ਦਰਵਾਜ਼ੇ ਜਿਵੇਂ ਆਹ ਹੈ ਨਾ ਦੋ ਸ਼ਾਇਆਂ ਉਂਗਲਾਂ ਦੋਵੇਂ, ਏਦਾਂ ਤੂੰ ਮੇਰੇ ਨਾਲ ਮੁਜ਼ਾਹਮਤ ਕਰ, ਜੰਨਤ ਚ ਵੜ ਲੱਗਿਆ ਸੀ ਏਦਾਂ ਦੂਜੇ ਨਾਲ ਕਹਿਣਾ। ਇੱਕ ਤੇ ਜੰਨਤੀ ਬਣਾਉਣ ਵਾਲੇ ਨਾ ਡਰੇ ਕਿ ਰਸੂਲਾ ਦਾ ਨਾਂ, ਤੁਹਾਨੂੰ ਹਜ਼ਰਤ ਮੁਆਵਿਆ ਨਾਲ ਮੁਹੱਬਤ ਹੈ, ਤੁਸੀਂ ਇਹ ਜ਼ੁਲਮ ਕਰਨਾ ਕਿ ਰਸੂਲਾ ਦਾ ਨਾਂ ਲੈ ਕੇ ਗਲਤ ਇਸਤੇਮਾਲ ਕਰਨਾ। ਇਹ ਇਬਨ ਉਮਰ ਅਜ਼ੀਮ ਦੇ ਜ਼ਿੰਮੇ ਲਗਾ ਦਿੱਤੀ ਕਿ ਉਹ ਫਰਮਾਉਂਦੇ ਤੋਂ ਫਿਰ ਖੁਫਾਲ ਅਲ ਮੁਅੱਲਫਾਲ ਹਦੀਸ ਅੱਲਾਹ ਤੁਰੰਤ ਇਹ ਗਰੋਹ ਕਵਾਮੀਨ ਬਿਲਕਿਸਦਾ ਸ਼ਾਦਾਰ, ਇਹਨਾਂ ਬੇਚਾਰਿਆਂ ਬੜੀਆਂ ਗਾਲਾਂ ਖਾਧੀਆਂ ਮੁਹੱਦਸੀਨ ਦੇ ਜਿਹੜੇ ਰਾਵੀ ਪਰਖਣ ਵਾਲੇ ਸੀ, ਪਰ ਸਿਰਫ ਇੱਕ ਟੋਲਾ ਜਿਨ੍ਹਾਂ ਨੇ ਆਪਣੇ ਰੁਝਾਨ ਦਾ ਕੋਈ ਲਿਹਾਜ਼ ਨਹੀਂ। ਹਾਲਾਂਕਿ ਸਾਰੇ ਹਜ਼ਰਤ ਮੁਆਵਿਆ ਰਜ਼ੀ ਦਾ ਅਦਬ ਕਰਨ ਵਾਲੇ ਆ ਨਾ, ਇਹਨੇ ਸੁਣਨ ਜੋ ਹੈ, ਮਗਰ ਉਹਨਾਂ ਆਖਿਆ ਨਹੀਂ ਇਹ ਹਦੀਸ ਜਿਹੜੀ ਹੈ ਜਿੰਨਿਆਂ ਤਰੀਕਿਆਂ ਨਾਲ ਆਈ ਜਿੰਨੀਆਂ ਸਨਦਾਂ ਨਾਲ ਆਈ ਇਹਨਾਂ ਚੋਂ ਕੋਈ ਸਹੀ ਬਿਲਕੁਲ ਠੀਕ ਕੋਈ ਨਹੀਂ। ਔਰ ਅੱਗੇ ਖੋਲ ਖੋਲ ਕੇ ਦੱਸਿਆ ਕਿ ਅਬਦੁਲ ਰਹਿਮਾਨ ਜਿਹੜਾ ਦਾ ਜੋ ਤਜੁਬੇ ਅਬਦੁੱਲਾ ਬਿਨ ਯਾਹੀਆ ਮਸ਼ਹੂਰ, ਇਸਮਾਇਲ ਬਿਨ ਅਯਾਸ਼ ਜ਼ੈਫ, ਐਸਾ ਇਹ ਕਾਜ਼ੀਆਂ ਦਾ ਗਰੋਹ, ਇਹ ਤੋਂ ਬਗੈਰ ਗੱਲ ਨਹੀਂ ਹੱਲ ਹੋਣੀ। ਬਾਕੀ ਸਾਰੇ ਆਪੋ ਆਪਣੇ ਲਿਖਦੇ ਆ, ਮੁਨਾਜ਼ਰ ਲੋਕ ਹਜ਼ਰਤ ਮੁਆਵਿਆ ਰਜ਼ੀ ਅਸਮਾਨ ਤੇ ਚੜ ਗਏ, ਦੂਜੇ ਪਾਸੇ ਆਏ ਦੋਜ਼ਖ ਦੇ ਵੀ ਬੁਰੇ ਕਰੇ, ਦੋਵੇਂ ਗਰੋਹ ਝੂਠੇ ਬਿਲਕੁਲ ਲਾਨਤੀ ਹੈ। ਜਿੰਨਾ ਕਸੂਰ ਕਿਸੇ ਦਾ ਹੈਗਾ ਮੰਨੋ, ਇਹ ਨਹੀਂ ਵੀ ਹੁਣ ਸਾਰੀ ਦੁਨੀਆਂ ਦੀਆਂ ਬੁਰਾਈਆਂ ਉਹਦੇ ਬਣਾ ਦੇਣੀ। ਇਹ ਦੂਜਾ ਟੋਲਾ ਉੱਠਿਆ, ਇਹ ਵੀ ਹਦੀਸ ਆ ਕਿ ਹਜ਼ਰਤ ਅਬਦੁੱਲਾ ਬਿਨ ਉਮਰ ਹੀ ਆਉਂਦੇ, ਰਸੂਲਾ ਨੇ ਫਰਮਾਇਆ ਲੈ ਕੁੱਲ ਉਮਤ ਫਿਰਾਉਣ, ਫਿਰਾਉਣ ਹਾਜ਼ਰ ਉਮਤ ਮੁਆਵਿਆ ਤੋਂ ਬਣਦੀ ਹੈ, ਹਰ ਉਮਤ ਇੱਕ ਫਿਰਾਉਣ ਹੋਇਆ ਔਰ ਇਸ ਉਮਤ ਦਾ ਫਿਰਾਉਣ ਮੁਆਵਿਆ। ਨਾ ਇਹ ਦੁਸ਼ਮਣ ਜਿਹੜੇ ਇਹਨਾਂ ਨੇ ਅੱਲਾਹ ਦਾ ਖੌਫ ਕੀਤਾ, ਨਾ ਮੁਹੱਬਤ ਵਾਲਾ, ਨਾ ਉਹ ਹਦੀਸ ਸਹੀ ਸੀ। ਨਾ ਇਹਨਾਂ ਨੂੰ ਇਮਾਮ ਲਿਖਦੇ ਕਿ ਯਾਹੀਆ ਦੇ ਬਾਰੇ ਮੈਂ ਅਹਿਮਦ ਇਬਨ ਹੰਬਲ ਨੂੰ ਪੁੱਛਿਆ, ਲੈ ਸਾਹਿਬ ਸਹੀ ਅਬਦੁਲ ਮਜੀਦ ਲਾਮ ਯਸਮਾ ਮੈਂ ਅਬਦੁੱਲਾ ਸ਼ਾਇਆ, ਬਿਲਕੁਲ ਝੂਠਿਆਂ ਦੇ ਇਹ ਨਮੂਨੇ ਦੇ ਦੌਰ ਪਰ ਤੀਆਂ ਦੇ, ਇੱਕ ਪਾਸੇ ਹਜ਼ੂਰ ਨਾ ਕਹਿ ਕੇ ਜੰਨਤ ਵੜਨਾ, ਦੂਜੇ ਪਾਸੇ ਭਾਈ ਇਸ ਉਮਤ ਦਾ ਫਿਰਾਉਣ, ਹਦੀਸਾਂ ਹੀ ਇਸ ਤੋਂ ਇਹ ਫਿਰਕੇ ਕਿੱਦਾਂ ਖਤਮ ਹੋ। ਲੋਕ ਆਉਂਦੇ ਜੇ ਉਹਨੂੰ ਵੜ ਜੇ ਉਹਨੂੰ ਵੜਦੇ, ਵੜਨਾ ਕਹਿਣਾ ਕਿਤਾਬਾਂ ਚੋਂ ਕੱਢ ਕੇ ਦੋਸਤੀ ਵਿਖਾਉਣਾ ਉਹ ਵੀ ਨਿਕਲਾਉਣੀ ਆ, ਜੰਨਤੀ ਵਿਖਾਉਣਾ ਤੇ ਉਹ ਵੀ ਨਿਕਲਾਉਣਾ। ਇਹ ਹੁਣ ਛਾਣ ਪੀਣ ਕਰਨੀ ਪੈਣੀ ਨਾ ਵੀ ਕੋਈ ਸਹੀ ਹੈ ਕਿ ਨਹੀਂ। ਇਹ ਇਮਾਮ ਇਬਨ ਕਈਮ ਰਹਿਮਤੁੱਲਾਹ ਅਲੈਹ ਇਹਨਾਂ ਦੀ ਕਿਤਾਬ ਇਸ ਬਾਰੇ ਅਲ ਮਨਾਰ ਉਲ ਮੁਨੀਰ ਫਿਸ ਸਹੀ ਹੈ ਬਸ ਸਹੀ, ਇਹ ਵੀ ਇੱਕ ਛੋਟੀ ਜਿਹੀ ਕਿਤਾਬ ਐਸੀ ਉਰਦੂ ਜੀ ਹੋ ਜਾਏ ਨਾ, ਇਹ ਹੀ ਤੁਹਾਡੇ ਪੱਲੇ ਬੜਾ ਸਰਮਾਇਆ, ਖਰੀ ਔਰ ਖੋਟੀ ਨੂੰ ਪਰਖਣ ਲਈ ਰੋਸ਼ਨੀ ਲੱਗੀ।
ਇਹਦੇ ਚ ਇਮਾਮ ਨੇ ਫਸਲ ਪੈ ਸਫ਼ਾ 104 ਇੱਥੇ ਫਰਮਾਇਆ ਵਮਿਨ ਜ਼ਾਲਿਕ ਮਾ ਵਜ਼ਅ ਬਾਦ ਜਹਾਲਤ ਅਹਲੇ ਸੁਨਨਤ ਸੀ ਫਜ਼ਾਇਲ ਮੁਆਵਿਆ ਤੇ ਬਨਿਆ ਵੀ ਸਫਿਆਨ ਜਾਹਿਲ ਅਹਲੇ ਸੁਨਨਤ ਉੱਠੇ ਉਹਨਾਂ ਤੇ ਹਜ਼ਰਤ ਮੁਆਵਿਆ ਰਜ਼ੀ ਦੀ ਸ਼ਾਨ ਛੱਡੀ ਸਾਕਰ ਕਾਲਾ ਸਾਕ ਮੇ ਰਾਹ ਵੈ ਲਾ ਇਸੋ ਕੀ ਫਜ਼ਲ ਮੁਆਵਿਆ ਸਭ ਨੇ ਜਾਨ ਨਬੀ ਸਰਫਮ ਸ਼ਾਇ ਇਹ ਗੁਰ ਪੱਲੇ ਬਨ ਲੋ ਤਾਲਬ ਇਲਮ ਕਿ ਹਜ਼ਰਤ ਮੁਆਵਿਆ ਦੀ ਸ਼ਾਨ ਜਿਹੜੀ ਹਦੀਸ ਹੋ ਗਈ ਕੋਈ ਸਹੀ ਨਹੀਂ ਲਕੀਰ ਫੇਰ ਦਿੱਤੀ ਕਿੱਦਾਂ ਇਨਸਾਨ ਇਹ ਆਪ ਉਹਨਾਂ ਨੂੰ ਰਜ਼ੀ ਅੱਲਾਹ ਨੂੰ ਕਹਿਣ ਵਾਲੇ ਆ ਮਗਰ ਉਹਨਾਂ ਆਖਿਆ ਨਾ ਇਹ ਰਸੂਲਾ ਦੀ ਹਦੀਸ ਦਾ ਮਾਮਲਾ ਇਨਕੁਆਰੀ ਸਾਡੇ ਜ਼ਿੰਮੇ ਲੱਗ ਗਈ ਅਸੀਂ ਆਦਿ ਮਨਸ ਕੋਈ ਸਹੀ ਔਰ ਅਗਲੇ ਸਫ਼ੇ ਤੇ ਲਿਖਿਆ 117 ਦੇ ਵਮਿਨ ਜ਼ਾਲਿਕ ਅਲ-ਹਦੀਸ ਦੀ ਜ਼ਮ ਮੈਂ ਮੁਆਵਿਆ ਏਦਾਂ ਹੀ ਜਗ੍ਹਾ ਚ ਨਾਂ ਲੈ ਕੇ ਹਜ਼ਰਤ ਮੁਆਵਿਆ ਫਿਰਾਉਨ ਅੱਜ ਦੋਸ਼ੀ ਉਹ ਵੀ ਚੁੱਕੀ ਨਾ ਉਹਨਾਂ ਦੀ ਸ਼ਾਨ ਚਾ ਕੋਈ ਨਾ ਉਹਨਾਂ ਦੀ ਮੁਰੰਮਤ ਅੱਲਾਹ ਇਹ ਉਹ ਕੰਮ ਜਿਹੜਾ ਸਿਰਫ ਕਵਾਮੂਨਾ ਬਿਲਕਿਸਤ ਔਰ ਜਿਹੜੇ ਸ਼ਹਾਦਾ ਉਹ ਕਰ ਜਿਨ੍ਹਾਂ ਨੇ ਆਖਿਆ ਅੱਲਾਹ ਨੂੰ ਅਸੀਂ ਰੱਖਣਾ ਬੰਦਿਆਂ ਦੀ ਪਰਵਾਹ ਕਰੋ ਇਹ ਬਿਆਨ ਕਿਉਂ ਹੋਇਆ ਇਹ ਬਹੁਤ ਜੁਮਿਆਂ ਤੋਂ ਆ ਪਰਚੀ ਮੇਰੇ ਕੋਲ ਇਹ ਦੋਸਤ ਅੱਗੇ ਹਜ਼ਰਤ ਫਾਤਮਾ ਰਜ਼ੀ ਦੇ ਜਨਾਜ਼ੇ ਦੇ ਮਹਾਰਾਜ ਜੀ ਲੰਬਾ ਸਫ਼ਾ ਇਹਨੇ ਦਿੱਤਾ ਮਗਰ ਨਾ ਤੇ ਸਹੀ ਇਬਾਰਤ ਹੀ ਲਿਖਿਆ ਜਾਂਦਾ ਹੈ ਕੋਈ ਅੱਛਾ ਪੜ੍ਹਿਆ ਲਿਖਿਆ ਬੰਦਾ ਕਿਤਾਬਾਂ ਵਿਹਲਾ ਰਹਿੰਦਾ ਨਾ ਇਹ ਉਰਦੂ ਸਹੀ ਆ ਨਾ ਅਰਬੀ ਸਹੀ ਆ ਉਹਦਾ ਤੇ ਜਵਾਬ ਮੈਂ ਫਿਰ ਉਹ ਚੁੱਕੇ ਬਹੁਤ ਲੰਬਾ ਸੀ ਰਿਕਾਰਡ ਕਰਾ ਦਿੱਤਾ ਸੀ ਉਹ ਜਨਾਜ਼ਾ ਕਿਹਨ ਪੜਿਆ ਕਹਿੰਦੀ ਇਹ ਇੱਕ ਦੂਸਰੀ ਕਿਰਤ ਇਹ ਦੂਸਰੀ ਸਾਈਡ ਇਸ ਮੈਨੂੰ ਲਿਖਿਆ ਖੁਲਾਸਾ ਪੜ ਮੌਲਾਨਾ ਸਾਹਿਬ ਹਜ਼ਰਤ ਅਮੀਰ ਮੁਆਵਿਆ ਰਜ਼ੀ ਅੱਲਾਹ ਕੇ ਬਾਰੇ ਆਪਕਾ ਮੌਕਫ ਮਬਨੀ ਬਰ ਹਕਾਇਕ ਕੋ ਕਿਰਾਇਨ ਸਮਾਪਤ ਕਰਨੇ ਕੇ ਬਾਅਦ ਮੁੰਦਰਜਾ ਜ਼ਹਿਰ ਇਸ਼ਕਾਲ ਪੈਦਾ ਹੁਆ ਜਿਸ ਕੇ ਰਫ਼ਾ ਕੇ ਲੀਏ ਆਪ ਸੇ ਮੁਰਾਦਤ ਕਰ ਰਹਾ ਹੂੰ ਜਵਾਬ ਕਵਾਇਦ ਉਮਰ ਹਦੀਸ ਕੇ ਅਸੂਲ ਔਰ ਰਾਬਤ ਕੀ ਰੋਸ਼ਨੀ ਮੈਂ ਵਾਜ਼ਿ ਵ ਅਜ਼ਹਰ ਰੋਸ਼ਨ ਵ ਯਾਂ ਵ ਸ਼ਾਫੀ ਵ ਵਾਫੀ ਹੋਣਾ ਉਹ ਇਹ ਤਿੰਨ ਬਈ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਤੇ ਫਰਦ ਜੁਰਮ ਲਗਾਏ ਇਹ ਅਦਲ ਵ ਇਨਸਾਫ ਕੇ ਤਕਾਜ਼ੋਂ ਕੋ ਬਾਲਾਏ ਤਾਰ ਰੱਖਕਰ ਫੀ ਜ਼ਾਤ ਹੀ ਨਕਸੇ ਹੀ ਅਹਕਾਮਾਤ ਜਾਰੀ ਕਰਨ ਨਾਲ ਜ਼ੁਲਮ ਰਵਾ ਰੱਖਣ ਜਿੱਦਾਂ ਦਾ ਉਹ ਲਿਖ ਸਕਿਆ ਲਿਖਿਆ ਇੱਕ ਤੇ ਇਸ ਸ਼ਖਸ ਨੇ ਆਪਣੀ ਮਰਜ਼ੀ ਦੇ ਫੈਸਲੇ ਕੀਤੇ ਹੈ ਇਨਸਾਫ ਨੂੰ ਛੱਡ ਦੂਸਰਾ ਮੁਤਹਮ ਇਹਦੇ ਤੇ ਵੀ ਤੋਹਮਤ ਹੈ ਕਿ ਝੂਠ ਬੋਲਦਾ ਝੂਠ ਦਾ ਵੀ ਇਸਲਾਮ ਕੌਲ ਓ ਫੇਲ ਮੇਂ ਤਜ਼ਾ ਮਜ਼ਕੂਰਾ ਬਾਲਾ ਖਾਮੀਆਂ ਵ ਕਮਜ਼ੋਰੀਆਂ ਤੇ ਮੁਤਸਿਫ ਸ਼ਖਸ ਮਰਜ਼ੀ ਯਾਦ ਕੀ ਕਿਆ ਹਕੀਕਤ ਬਾਕੀ ਰਹਿ ਬੜਾ ਹਮਲਾ ਹੈ ਕਹਾਣੀਆਂ ਨਹੀਂ ਉਹ ਆਉਂਦਾ ਕੀ ਬੁਖਾਰੀ ਮੁਸਲਿਮ ਚੁੱਕੀ ਫਿਰਦੇ ਜੇ ਇਹਦੇ ਕਿਹੜੀਆਂ ਹਦੀਸਾਂ ਇਹੋ ਜਿਹਾ ਝੂਠਾ ਇਨਸਾਫ਼ ਦੇ ਖਿਲਾਫ਼ ਗੱਲਾਂ ਕਰਨ ਵਾਲਾ ਕੌਲ ਓ ਫੇਲ ਇਤਜ਼ਾਦ ਹਦੀਸਾਂ ਲਈ ਫਿਰਦੇ ਜਿਹੜੀਆਂ ਬੜਾ ਵੱਡਾ ਹਮਲਾ ਤੇ ਬੁਖਾਰੀ ਅੰਦਰ ਬਾਕੀ ਹਦੀਸਾਂ ਅਗਰ ਉਨਕੀ ਰਵਾਇਤ ਕਾਬਲ ਇਤਮਾਦ ਹੈ ਤੋ ਕਿਸ ਕੁਲੀਆ ਕਾਨੂੰਨ ਕੇ ਤਹਿਤ ਕਰਾਰ ਪਾਏ ਇਹ ਇਲਮੀ ਸਵਾਲ ਹੈ ਕਿ ਜੇ ਉਧਰ ਉਹ ਕਸੂਰ ਹੈ ਉਹਦੇ ਕਿਹੜਾ ਕਾਨੂੰਨ ਹੈ ਫਿਰ ਜਿਹੜਾ ਆਉਂਦਾ ਜੀ ਹਦੀਸਾਂ ਮੰਨੋ ਪੰਨੇ ਰਜਾਲ ਵਸਮਾ ਔਰ ਰਜਾਲ ਕੀ ਕੁਦਮ ਨੇ ਰਾਵੀ ਕੀ ਸ਼ਿਕਾਹਤ ਕੇ ਲੀਏ ਜੋ ਅਸੂਲ ਔਰ ਮਿਆਰ ਮੁਕਰ ਸ਼ੁਦਾ ਕਿਆ ਉਨਕੀ ਜ਼ਾਤ ਇਸੇ ਮੁਸਤਸਨਾ ਆਉਂਦਾ ਜਿਹੜੇ ਕਾਨੂੰਨ ਬਣਾਇਆ ਹਦੀਸ ਦੀ ਕਿਤਾਬਾਂ ਕਿ ਰਾਵੀ ਇਹੋ ਜਿਹਾ ਹੋਣਾ ਚਾਹੀਦਾ ਮੋਤਬਰ ਇਹ ਉਹਦੇ ਤੋਂ ਬਾਹਰ ਹੈ ਇਹ ਲਈ ਕਾਨੂੰਨ ਖਤਮ ਹੋ ਗਿਆ ਰਾਵੀ ਕੀ ਸ਼ਿਕਾਇਤ ਕੇ ਲੀਏ ਸਾਦਕੁਲ ਕੌਲ ਆਦਿਲ ਮੁਮਕਿਨ ਹੋਣਾ ਲਾਜ਼ਮ ਇਸ ਅਸੂਲ ਔਰ ਕਾਇਦੇ ਕੀ ਕਿਆ ਹੈਸੀਅਤ ਰਹਿਤਾ ਜੀ ਪੜਿਆ ਲਿਖਿਆ ਬੰਦਾ ਮਗਰ ਇਬਾਰਤ ਮੈਂ ਕੁਛ ਠੀਕ ਕੀਤੀ ਇਬਾਰਤ ਨਹੀਂ ਲਿਖੀ ਤੋ ਬਈ ਸਵਾਲ ਤਾਂ ਹੈ ਅਸੀਂ ਇਹਦਾ ਸਾਹਮਣਾ ਤੇ ਕਰਨਾ ਇਹ ਤੇ ਨਹੀਂ ਹੁਣ ਅਸੀਂ ਕੰਨੀ ਕਤਰਾ ਦੀ ਵੀ ਨਹੀਂ ਇਹਦਾ ਕੋਈ ਬਿਆਨ ਨਹੀਂ ਕਰਨਾ ਉਹਨੂੰ ਸਮਝਾਉਣਾ ਹੈ ਬਹਿਸ ਪਾਰੋਂ ਅਸੀਂ ਹਦੀਸਾਂ ਕਸੂਰ ਜਿਹੜੇ ਤੂੰ ਦੱਸੇ ਉਹਨਾਂ ਦੇ ਤੁਸੀਂ ਲਿਖੇ ਵੀ ਹੈ ਇਹ ਝੂਠਾ ਕਿ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਤਾਲਾ ਨੂੰ ਮੁਤਹਮ ਬਿਲ ਕਜ਼ਬ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਝੂਠ ਨਹੀਂ ਤੋਂ ਮਤਲਬ ਝੂਠ ਨਹੀਂ ਕਿਸੇ ਨੇ ਉਹਨਾਂ ਦਾ ਲਿਖਿਆ ਇਹ ਠੀਕ ਹੈ ਬਾਕੀ ਗੱਲਾਂ ਜਿਹੜੀਆਂ ਇਹਦੇ ਕੋਈ ਸ਼ੱਕ ਨਹੀਂ ਵੀ ਉਹਨਾਂ ਨੇ ਸ਼ਰੀ ਕਵਾਨੀਨ ਵੀ ਕਈ ਪਾਮਾਲ ਕੀਤੇ ਇਹ ਸਿਹਾ ਦੇ ਅੰਦਰ ਹੀ ਮੌਜੂਦ ਹੈ ਕਿ ਰਸੂਲਾ ਦਾ ਵਾਜ਼ੇ ਹੁਕਮ ਹੁੰਦਾ ਸੀ ਆਪਣਾ ਚਲਾ ਦੂੰ ਇਹ ਕੋਈ ਗੱਲਾਂ ਨਹੀਂ ਇਹਨਾਂ ਦਾ ਇਨਕਾਰ ਨਹੀਂ ਕਰਨਾ
ਇਹ ਵੀ ਅਸੀਂ ਕਰੀਏ ਪਿੱਛੇ ਆਵਾਂ, ਤੇ ਇਹ ਵੀ ਨਹੀਂ ਵੀ ਉਹਨਾਂ ਦੇ ਝੂਠ ਦੀ ਤੁਮ ਸੀ। ਅਬੂ ਦਾਊਦ ਕਿਤਾਬ ਉਲ-ਕਿਤਾਬ ਵਕਾਨ ਮੁਆਵਿਆ ਰਜ਼ੀ ਅੱਲਾਹ ਅਨਹੁ ਲਾ ਯੁਤਾਮਾ ਫੀ ਹਦੀਸ ਰਸੂਲ-ਉੱਲਾਹ ਸੱਲ੍ਹਾ। ਛਾਣਬੀਨ ਤੋਂ ਬਾਅਦ ਇਹ ਉਹ ਗਰੋਹ ਸੀ ਜੇ ਫੜਿਆ ਜਾਂਦੇ ਮੁਆਵਿਆ, ਇਹਨਾਂ ਰਹਿਤ ਨਹੀਂ ਸੀ ਕਰਨੀ, ਇਹਨਾਂ ਆਖਿਆ ਅਸੀਂ ਛਾਣਬੀਨ ਕਰ ਚੁੱਕੇ ਹਾਂ, ਹਦੀਸ ਰਸੂਲ ਦੇ ਬਾਰੇ ਚ ਇਹਨਾਂ ਦੇ ਕੋਈ ਤੁਮ ਕੋਈ ਨਹੀਂ ਲੱਭਾ ਜਿਸ ਬੰਦੇ ਨੇ ਆਪਣੇ ਮਤਲਬ ਲਈ ਕੋਈ ਹਦੀਸ ਬਣਾ ਕੇ ਆਪਣਾ ਕੰਮ ਚਲਾ ਲਿਆ। ਔਰ ਇਹ ਦਲੀਲ ਇਮਾਮ ਮੁਹੰਮਦ ਬਿਨ ਇਬਰਾਹਿਮ ਅਲ ਵਜ਼ੀਰ ਉਲ-ਜਮਾਨੀ ਇਹ ਕਿਤਾਬ ਅਰ-ਰੌਜ਼ ਅਲ-ਬਾਸਿਨ ਫੀ ਜ਼ਬਾਨ ਸੁਨਨ ਅਲ-ਬਲਗ਼ਾਵੀ, ਇਹ ਨੌ ਜਿਲਦਾਂ ਦਾ ਖੁਲਾਸਾ, ਵੱਡੀ ਕਿਤਾਬ ਨੌ ਜਿਲਦਾਂ ਚ, ਇਹ ਉਹਦਾ ਖੁਲਾਸਾ ਦੋ ਜਿਲਦਾਂ। ਇਮਾਮ ਨੇ ਇਸ ਸਵਾਲ ਨੂੰ ਟੱਚ ਇੱਥੇ ਬਹਿਸ ਕੀਤੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਉਸਤਾਦ ਜਮਨ ਜਿਹੜੇ ਅਲੀ ਬਿਨ ਮੁਹੰਮਦ ਉਹਨੇ ਕਿਤਾਬ ਲਿਖੀ ਔਰ ਇਹ ਸਾਰੇ ਸਵਾਲ ਉਹਨਾਂ ਦੇ। ਉਹਨੇ ਆਖਿਆ ਕਿਹੜੇ ਮਜ਼ਹਬ ਚ ਦਾਖਲ ਹੁੰਦਾ ਫਿਰ ਰਾਏ ਸੁਣਨ ਵਾਲੇ ਹਦੀਸਾਂ ਚ, ਇਹੋ ਜਿਹੇ ਬੰਦੇ ਦੀਆਂ ਹਦੀਸਾਂ ਲੈਂਦੇ, ਅਲੀ ਨਾਲ ਜੰਗ ਕੀਤੀ ਹੈ ਔਰ ਇਹੋ ਜਿਹੇ ਇਹਨੇ ਜ਼ੁਲਮ ਕੀਤੇ। ਇਮਾਮ ਨੇ ਇਨਕਾਰ ਨਹੀਂ ਕੀਤਾ, ਮੁਨਸਿਫ ਇਹਨੇ ਆਖਿਆ ਬਿਲਕੁਲ ਇਹ ਗੱਲਾਂ ਤੁਹਾਡੀਆਂ ਅਸੀਂ ਮੁਕਰਦੇ ਨਹੀਂ, ਤੁਹਾਡੇ ਤੋਂ ਜ਼ਿਆਦਾ ਮੰਨਦੇ ਹਾਂ ਕਿ ਹਦੀਸਾਂ ਚ ਮੌਜੂਦ ਹੈ, ਇਨਕਾਰ ਨਹੀਂ ਕਰ। ਹਜ਼ਰਤ ਅਲੀ ਨਾਲ ਜੰਗ ਵੀ ਕੀਤੀ ਹੈ, ਉਹਨਾਂ ਨੂੰ ਗਾਲਾਂ ਵੀ ਇਹਨੇ ਕਢਵਾਈਆਂ ਹੈ, ਬਾਅਦ ਚ ਹੋਰ ਜ਼ੁਲਮ ਜ਼ਿਆਦਤੀਆਂ ਕੀਤੀਆਂ ਉਹਦੇ ਮੁਨਸਿਫ। ਹੁਣ ਸਵਾਲ ਇਹ ਹੈ ਕਿ ਇਹਨਾਂ ਦੀਆਂ ਹਦੀਸਾਂ ਕਿਉਂ ਮੰਨਦੇ, ਇੱਥੇ ਜਿਹੜੀ ਬਹਿਸ ਬਹੁਤ ਮੁਤਾਇਰਮੀ ਹੈ, ਇਹ ਸਾਥੀ ਨੂੰ ਸੁਣ ਲੈਣੀ ਸੀ। ਮੈਂ ਖੁਲਾਸੇ ਦੇ ਤੌਰ ਪੜ੍ਹਦਾ, ਇਹ 113 ਸਫ਼ੇ ਤੋਂ ਸ਼ੁਰੂ ਹੁੰਦੀ ਹੈ, ਇਹਨੂੰ ਇਲਮੀ ਬਹਿਸ ਆ, ਇਹ ਸ਼ਿਓਖ ਨੂੰ ਪੜ੍ਹਨਾ ਚਾਹੀਦਾ ਔਰ ਆਪਣੇ ਅਦਾਰਿਆਂ 'ਤੇ ਇਹੋ ਜਿਹੀਆਂ ਕਿਤਾਬਾਂ ਪੜ੍ਹਾਉਣੀਆਂ ਚਾਹੀਦੀਆਂ। ਇੱਦਾਂ ਹਦੀਸ ਦਾ ਡਿਫੈਂਸ ਕਰੀਦਾ, ਫੇਰਾ ਫੇਰੀਆਂ ਨਹੀਂ, ਅਗਲਿਆਂ ਕੋਲ ਕਿਤਾਬਾਂ ਹੁੰਦੀਆਂ। ਹਜ਼ਰਤ ਮੁਆਵਿਆ ਦਾ ਜਿਹੜੇ ਗਲਤ ਕੰਮ ਆ, ਕਿਸੇ ਨੇ ਉਮਤ ਉਹਦਾ ਇਨਕਾਰ ਨਹੀਂ ਕੀਤਾ, ਵਲੀ ਇਹ ਯਜ਼ੀਦ ਨੂੰ ਬਣਾਉਣਾ ਗਲਤੀ ਹੈ, ਵਜ਼ਿਆਦ ਨੂੰ ਆਪਣਾ ਭਰਾਈ ਹਰਾਮੀ ਨੂੰ ਬਣਾਉਣਾ ਗਲਤੀ ਹੈ, ਇਹ ਸਭ ਸਿਆਸਤਾਂ 'ਚ ਮੌਜੂਦ। ਮਗਰ ਆਹ ਜਿਹੜਾ ਇਤਹਾਮ ਹੈ ਔਰ ਇਹ ਇਲਜ਼ਾਮ ਕਿਉਂ ਝੂਠ ਬੋਲਦੇ ਸੀ ਹਦੀਸ ਕਰਦੇ, ਇਹ ਤੋਂ ਬੜੀ ਬਿਲਕੁਲ ਇਹ ਕਿਸੇ ਨੂੰ ਅੱਬਾ ਦਾ, ਉਹਨਾਂ ਦੇ ਦੁਸ਼ਮਣਾਂ ਵੀ ਜ਼ੋਰ ਲਾਇਆ ਹਦੀਸ ਨਹੀਂ ਜਾਣੀ। ਤੋ ਇਮਾਮ ਫਿਰ ਇੱਥੇ ਲਿਖਦੇ ਆ ਕਿ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਤਾਲਾ ਅਨਹੁ ਜਿਹੜੀਆਂ ਨਾ ਹਦੀਸਾਂ, ਹੋਰ ਆਉਂਦੇ ਹਰ ਇੱਕ ਦਾ ਮੈਂ ਹੱਲ ਕੀਤਾ, ਤੇ ਸ਼ੀਆ ਲੋਕ ਜਿਹੜੇ ਕੁਛ ਰਾਜ਼ੀ ਵੀ ਹੋ ਜਾਂਦੇ, ਮਗਰ ਇਹ ਦੋ ਬੰਦਿਆਂ ਦਾ ਮਾਮਲਾ ਹੈ ਸਾਹਿਬ ਜੀ, ਇੱਥੇ ਸਾਡੀ ਇਹਨਾਂ ਦੀ ਸੁਲਾਹ ਹੁਣ ਕਿਸੇ ਤਰ੍ਹਾਂ ਮੈਂ ਕੋਈ ਕੁਲੀਆ ਨਹੀਂ ਸਮਝ ਆਉਂਦਾ। ਹਜ਼ਰਤ ਮੁਆਵਿਆ ਰਮਰੇ ਬੰਦਾਸ ਇਹਨਾਂ ਨੂੰ ਬਿਲਕੁਲ ਜ਼ਿੰਦਗੀ ਸਮਝਦੇ ਕਿ ਕੋਈ ਮੁਸਲਮਾਨ ਨਹੀਂ ਸੀ, ਇਹ ਕਾਫਰ ਸੀ ਵਿੱਚੋਂ ਤੇ ਇਸਲਾਮ ਚ ਬਣੇ, ਇਹਨਾਂ ਨਾਂ ਦਾ ਹੁਣ ਕਿੱਦਾਂ ਨਿਬੜਾ। ਅਖੀਰਾਂ ਦਾ ਇੱਕ ਹੱਲ ਨਜ਼ਰ ਆ ਗਿਆ ਕਿ ਮੈਂ ਫਿਰ ਇਹਨਾਂ ਦੀਆਂ ਹਦੀਸਾਂ ਤਲਾਸ਼ ਕਰ ਰਿਹਾ, ਕੁੱਲ ਹਦੀਸਾਂ ਇਹਨਾਂ ਦੋਵਾਂ ਤੋਂ ਕਿੰਨੀਆਂ ਹੈ ਔਰ ਉਹਨਾਂ ਦੋਵਾਂ ਦੀਆਂ ਹਦੀਸਾਂ ਦੇ ਸ਼ਵਾਹਿਦ ਲੱਭ ਹੈ। ਹੱਦ ਕਰਤੀ ਇਸ ਆਲਮ ਨੇ, ਆਖਿਆ ਭਾਈ ਇਹਨਾਂ ਦੀਆਂ ਛੱਡ ਵੀ ਦਿਓ ਤੇ ਕੋਈ ਹਦੀਸਾਂ ਨਹੀਂ ਵਿਰਦਾ, ਇਹੋ ਹੀ ਗੱਲਾਂ ਫਲਾਂ ਫਲਾਂ ਸਾਬੀ ਨੇ ਫਲਾਂ ਕਿਤਾਬ। ਅਖੀਰ ਕਰ ਛੱਡੀ ਇਹਨੇ, ਆਖਿਆ ਹੁਣ ਮੁਆਵਿਆ ਨੂੰ ਕੀ ਆਖਣਾ, ਅਮਰ ਬਿਨ ਆਸ ਨੂੰ ਕੀ ਆਖਣਾ, ਜਿਲ੍ਹਾ ਨੂੰ, ਜੇ ਉਹ ਇਕੱਲੇ ਹੀ ਇਹ ਬਿਆਨ ਕਰਦੇ ਹੋਰ ਕੋਈ ਤਾਇਦ ਨਾ ਕਰਦਾ, ਤੁਹਾਡੇ ਇਤਰਾਜ਼ ਨੂੰ ਅਸੀਂ ਆਉਂਦੇ ਯਾਰ ਇਹੋ ਜਿਹੇ ਬੰਦੇ ਸ਼ਾਇਦ। ਮਗਰ ਇਹਨੇ ਇਕੱਲੀ ਇਕੱਲੀ ਹਦੀਸ ਦਾ ਨਾ ਵਿਆਹ ਹਦੀਸਾਂ ਕੋਲ ਇਹਨਾਂ ਤੋਂ ਆਈਆਂ, ਫਲਾਨੀ ਫਲਾਨੀ ਜਗ੍ਹਾ ਔਰ ਫਲਾਂ ਫਲਾਂ ਸਾਹਬੀ ਨੇ ਇਹੋ ਹੀ ਗੱਲ ਰਸੂਲਾਂ ਤੋਂ ਫਲਾਨੀ ਫਲਾਨੀ ਕਿਤਾਬ ਸੁਣਾ। ਇਹ ਲੰਮੀ ਗੱਲ ਹੈ, ਇਹਨੂੰ ਹੁਣ ਕੀ ਸੁਣਾਉਣਾ, ਆਖਰ ਤੇ ਜੋ ਕੁਛ ਹੈ ਉਹਨੇ ਆਖਿਆ ਕੁੱਲ ਇਹਨਾਂ ਤੋਂ ਜੋ ਕੁਛ ਹੈ ਵਿੱਚੇ ਸਹੀ ਹੈ ਵਿੱਚੇ ਜ਼ਈਫ, ਮੈਂ ਉਹਨਾਂ ਦਾ ਤੁਹਾਨੂੰ ਤਾਇਦ ਦੀ ਗਵਾਹ ਲੱਭ ਦਿੱਤੇ ਕਿ ਇਹਨਾਂ ਨੇ ਇਸ ਬਾਰੇ ਕੋਈ ਨਹੀਂ ਕੋਲੋਂ ਗੱਲ ਕੀਤੀ, ਇਹ ਦੂਜੇ ਨੇਕ ਸਾਹਬਾ ਬਿਆਨ ਕਰ ਦੇ। ਆਖਰ ਤੇ ਬੜੀ ਪਿਆਰੀ ਬਾਤ ਕਹੀ, ਬਹੁਤ ਅੱਛੀ ਬਾਤ, ਇਹਨੂੰ ਕੋਈ ਰੱਦ ਨਹੀਂ ਕਰ ਸਕਦਾ, ਐਵੇਂ ਹੁਣ ਜਿੱਦ ਕੋਈ ਕਰੇ ਕਰੇ, ਕਸੂਰ ਇਹਨਾਂ ਦੇ ਮੈਂ ਮੰਨਣਾ, ਮੈਂ ਨਹੀਂ ਉਹਨਾਂ ਲੋਕਾਂ ਤੋਂ ਜਿਹੜਾ ਆਖੇ ਇਹਨਾਂ ਕੋਲ ਕਸੂਰ ਨਹੀਂ ਹੋਇਆ। ਵਲਾਹੂ ਹਨਾਤ, ਇਮਾਮ ਜ਼ਹਬੀ ਖੁਦ ਆਉਂਦੇ ਆ ਕਿ ਇਹਨਾਂ ਕੋਲ ਬਹੁਤ ਗਲਤ ਕੰਮ ਹੋਇਆ, ਯਾ ਅੱਲਾਹ ਅੱਲਾਹ ਇਹਨਾਂ ਨੂੰ ਮਾਫ਼ ਕਰ, ਇਹ ਕਹਿਣਾ ਚਾਹੀਦਾ, ਮੁਕਰਨ ਦਾ ਕੋਈ ਫਾਇਦਾ ਨਹੀਂ। ਮਗਰ ਆਹ ਕਿ ਹਦੀਸ ਨਹੀਂ ਮੰਨੀ, ਇਸ ਇਮਾਮ ਨੇ ਕਮਾਲ ਕਰ ਦੀ, ਉਹਨੇ ਆਖਿਆ ਯਾਰ ਜਿੰਨੀਆਂ ਇਹਨਾਂ ਨੇ ਸੁਣਾਈਆਂ ਇਹ ਸਾਰੀਆਂ ਦੂਜੇ ਸਾਹਿਬਾਂ ਸੁਣਾਉਂ, ਇਹ ਮੋਹਰ ਲੱਗ ਗਈ ਇਸ ਬਾਰੇ ਜਿਹਨਾਂ ਨੇ ਕੋਈ ਬਚਿਆ। ਆਖਰ ਤੇ ਲਿਖਦਾ 119, ਬਹੁਤ ਬੜੀ ਬਾਤ ਹੈ,
ਸਮਝੋ ਜਰਾਇਤ ਕਿਤਾਬਾਂ ਛੱਡ ਕੇ ਵੀ ਅਕਲਾਂ ਸੋਚੋ ਮਹਾਂਦਾ ਮੁਆਵਿਆ ਰਜ਼ੀ ਨੂੰ ਇਹਦੀ ਜ਼ਰੂਰਤ ਸੀ ਔਰ ਉਹਦਾ ਸਾਰਾ ਗਰੋਹ ਅੰਧਾ ਧੁੰਦ ਵੀ ਮੰਨਦਾ ਸੀ ਉਹ ਬਣਾਉਂਦਾ ਤੇ ਇਹ ਬਣਾਉਂਦਾ ਅਲੀ ਦੀ ਮੁਜ਼ੰਮਤ ਕੋਈ ਹੱਦ ਨਹੀਂ ਅਲੀ ਬੁਰਾ ਗਾਲਾਂ ਚ ਕਢਵਾਉਂਦਾ ਸੀ ਲਾਨਤ ਕਰਦਾ ਕੋਈ ਹਥਿਆਰ ਵਰਤ ਲੈਂਦਾ ਹਜ਼ੂਰ ਨੇ ਆਖਿਆ ਸ਼ਾਮੀ ਤੇ ਮੰਨਦੇ ਸੀ ਉਹ ਅਲੀ ਤੋਂ ਬਾਅਦ ਜਿਹੜਾ ਅਦਬ ਕਰਦੇ ਉਹਨਾਂ ਮੰਨ ਲੈਣਾ ਸੀ ਹਜ਼ੂਰ ਨੇ ਆਖਿਆ ਅਲੀ ਦੋਸ਼ੀ ਹੈ ਕਹਿੰਦਾ ਕਿਸੇ ਦੁਨੀਆਂ ਦੀ ਕਿਤਾਬ ਚ ਨਹੀਂ ਲੱਭਾ ਕਿਸੇ ਦੁਨੀਆਂ ਕਿਸੇ ਬੰਦੇ ਨੇ ਲਿਖਿਆ ਕਿ ਅਲੀ ਰਜ਼ੀ ਦੀ ਮਜ਼ੰਮਤ ਮੁਆਵਿਆ ਨੇ ਕੋਈ ਇਹਦੇ ਲਾਇਕ ਧਿਆਨ ਔਰ ਨਾ ਹੀ ਆਉਂਦਾ ਹਜ਼ਰਤ ਉਸਮਾਨ ਰਜ਼ੀ ਦੀ ਐਡੀ ਸ਼ਾਨ ਸੀ ਉਹਦੇ ਖੂਨ ਦੇ ਬਦਲੇ ਲਈ ਉੱਠਿਆ ਸੀ ਉਹਦੇ ਲਈ ਘੜ ਲੈਂਦਾ ਵੀ ਉਸਮਾਨ ਰਜ਼ੀ ਦੀ ਆਹ ਫਜ਼ੀਲਤਾਂ ਇਸ ਬਾਰੇ ਜੀ ਕੋਈ ਰਵਾਇਤ ਚੁੱਕੀਆਂ ਨੇ ਨਹੀਂ ਬਣਾ ਨਾ ਜਿਹੜੇ ਹਜ਼ਰਤ ਉਸਮਾਨ ਰਜ਼ੀ ਦੇ ਖਿਲਾਫ਼ ਉੱਠੇ ਸੀ ਉਹਨਾਂ ਦਾ ਆਂਦਾ ਮੈਂ ਜੇ ਨਾ ਕੋਈ ਖੂਨ ਦਾ ਬਦਲਾ ਲੈਣ ਲਈ ਉੱਠਿਆ ਇਹ ਕਈ ਅਕਲਮੰਦ ਇਹਨਾਂ ਚੀਜ਼ਾਂ ਨੂੰ ਦਿਮਾਗ ਚ ਬਿਠਾ ਲੈਣਾ ਉੱਥੇ ਹੀ ਵਰਤਦਾ ਹਰਬਾ ਕਿ ਹਜ਼ੂਰ ਕਿਹਾ ਗਿਆ ਸੀ ਜਿਹੜੇ ਉਸਮਾਨ ਨੂੰ ਕਤਲ ਕਰਨ ਨੂੰ ਇੱਦਾਂ ਦੇ ਕੁੱਤੇ ਆਪਣੀ ਜਿਵੇਂ ਹੁਣ ਅਹਿਲ ਹਦੀਸ ਜੋਬੰਦੀ ਲਿਖਦੇ ਅੰਨੇ ਹੋ ਕੇ ਹਾਲਾਂਕਿ ਕਾਤਲੀ ਨੇ ਉਸਮਾਨ ਸਾਹਬਾ ਔਰ ਉਹਨੂੰ ਜਿਹੜਾ ਸਾਹਬਾ ਨੂੰ ਮੰਨਦਾ ਉਹਨੂੰ ਜ਼ਬਾਨ ਨਹੀਂ ਖੋਲਣੀ ਬਕਵਾਸ ਕਰਦੇ ਰਹਿੰਦੇ ਉਹਨਾਂ ਉਹ ਬਹਿ ਸੀ ਬਦਮਾਸ਼ ਸੀ ਉੱਲੂ ਦੇ ਪੱਠਿਓ ਕਦੀ ਜਾ ਕੇ ਹਦੀਸ ਦੀਆਂ ਕਿਤਾਬਾਂ ਕੱਢੋ ਉਹ ਕੌਣ ਸੀ ਹਜ਼ਰਤ ਉਸਮਾਨ ਨੂੰ ਮਾਰਨ ਵਾਲਾ ਸਾਹਬਾ ਦੇ ਐਡੇ ਆਸ਼ਕ ਨਹੀਂ ਬਣੇ ਨਾ ਲੈ ਕੋਈ ਉੱਠਦਾ ਸੁਲੇਮਾਨ ਬਿਨ ਸੁਰਤ ਬਾਈ ਹਰਾਮੀ ਹੋ ਸੁਲੇਮਾਨ ਬਿਨ ਸੁਰਤ ਸਹਾਬੀਨ ਜਲੀਲਨ ਨਬੀਲਨ ਫਾਜ਼ਲਾ ਇਹ ਦੁੱਖ ਨਾ ਮੈਂ ਕਹਿਣਾ ਕਿ ਇਹਨਾਂ ਨੂੰ ਕਿਸੇ ਸਾਹਬੀ ਦਾ ਕੋਈ ਹਾਂ ਮਕਾਨ ਨੂੰ ਘਿਰਨ ਵਾਲਾ ਕੌਣ ਸੀ ਮਿਸਰ ਨੂੰ ਲਿਆ ਅਬਦੁਲ ਰਹਿਮਾਨ ਇਬਨ ਉਬੈਸ ਬਲੀ 1400 ਬੰਦਾ ਜਿਹਨਾਂ ਦਰਖਤ ਦੇ ਖਾਂ ਜਿਹੜੀ ਐਤ ਪੜ੍ਹਦੇ ਨੇ ਉਹਨਾਂ ਤੁਸੀਂ ਹੋ ਨਾ ਬਕੋ ਨਹੀਂ ਮਗਰ ਹਜ਼ਰਤ ਮੁਆਵਿਆ ਨੇ ਉਹਨਾਂ ਦੇ ਖਿਲਾਫ਼ ਵੀ ਕੋਈ ਨਹੀਂ ਬਣਾ ਯਾਨੀ ਸੱਚ ਤੇ ਰਹਿਣ ਦਾ ਹਾਲ ਆ ਵੀ ਜਿੱਥੇ ਜ਼ਰੂਰਤ ਸੀ ਨਾ ਅਲੀ ਦੀ ਬੁਰਾਈ ਲਈ ਕੋਈ ਕਰ ਲੈਂਦਾ ਹਜ਼ਰਤ ਉਸਮਾਨ ਦੀ ਸ਼ਾਨ ਬਿਆਨ ਕਰਨ ਲਈ ਕਰ ਇਹ ਦੈਦੀਆਂ ਚ ਆਇਆ ਇਮਾਮ ਸ਼ੀਆਂ ਚੋਂ ਮਗਰ ਜਦੋਂ ਵੇਖਿਆ ਵੀ ਨਹੀਂ ਠੋਸ ਬੁਨਿਆਦਾਂ ਤੇ ਅਹਿਲੇ ਸੁਨਤ ਦੀ ਹਦੀਸ ਕਰਨ ਇਹਨੇ ਫਿਰ ਆਪਣੇ ਉਸਤਾਦ ਦਾ ਮੁਕਾਬਲਾ 9 ਜਿਲਦਾਂ ਲਿਖੀਆਂ ਔਰ ਹਦੀਸ ਨੂੰ ਬਚਾ ਦਿੱਤਾ ਮਾਮੇ ਸ਼ੌਕਾਨੀ ਫਰਮਾਉਂਦੇ ਯਮਨ ਚੋਂ ਕੁਛ ਵੀ ਨਾ ਇਸਲਾਮ ਨੂੰ ਮਿਲਦਾ ਹੈ ਕਿਤਾਬ ਹੀ ਮਿਲ ਜਾਂਦੀ ਮੁਹੰਮਦ ਬਿਨ ਇਬਰਾਹਿਮ ਇਹੋ ਹੀ ਕਰ ਏਡਾ ਦਿਫਾ ਕੀਤਾ ਕੋਈ ਜੰਮਿਆ ਹੀ ਨਹੀਂ ਮਾਂ ਵਾਲਾ ਉਧਰੋਂ ਇਹ ਸਾਬਤ ਕਰਤਾ ਵੀ ਜਿੰਨੀਆਂ ਉਹਨੇ ਬਿਆਨ ਕੀਤੀਆਂ ਉਹ ਸਾਰੇ ਹੋਰ ਸਾਬੀ ਦਾ ਉਧਰੋਂ ਇਹ ਕਿਹਾ ਵੀ ਇੱਥੇ ਜ਼ਰੂਰਤ ਸੀ ਉਹਨੂੰ ਕਲੀ ਦੀ ਬੁਰਾਈ ਚ ਕੋਈ ਹਦੀਸ ਲਿਆਉਂਦਾ ਹਜ਼ਰਤ ਉਸਮਾਨ ਰਜ਼ੀ ਦੀ ਫਜ਼ੀਲਤ ਬਣਾਉਂਦਾ ਜਿਹੜੀ ਜੰਗ ਲੜ ਰਿਹਾ ਸੀ ਅਲੀ ਨਾ ਉਹਦਾ ਜਵਾਬ ਬਣਾਉਂਦਾ ਤੇ ਹਜ਼ੂਰ ਨੇ ਆਖਿਆ ਜਿਹੜਾ ਖੂਨ ਦਾ ਬਦਲਾ ਨਾ ਲੈ ਕੋਈ ਨਹੀਂ ਪਿਆ ਫਲਾ ਮੀਕੁਨ ਨਿਨ ਹੋ ਕੀ ਦਾਲਕ ਸ਼ੈ ਅਲਾ ਦੂਰ ਅਲ ਮਦ ਇਹਨਾਂ ਜ਼ਮਾਨਾ ਉਹਨੇ ਹਕੂਮਤ 20 ਸਾਲ ਗਵਰਨਰ ਰਿਹਾ 20 ਸਾਲ ਆਪਣਾ ਇੱਕ ਕੋਈ ਹਦੀਸ ਇਹੋ ਜਿਹੀ ਨਕਲ ਨਹੀਂ ਝੂਠੀ ਵੀ ਨਹੀਂ ਨਕਲੋਈ ਲਾ ਫੀ ਹਯਾ ਤਹਿਰੀ ਵਲਾ ਬਾਦਾ ਫਤ ਨਾ ਹਜ਼ਰ ਤਹਿਰੀ ਦੀ ਜ਼ਿੰਦਗੀ ਕਿਉਂ ਇਹੋ ਜਿਹੀ ਸਾਬਤ ਹੋਈ ਉਹਨਾਂ ਤੋਂ ਨਾ ਵਫਾਤ ਤੋਂ ਬਾਅਦ ਵਲਨ ਫਰਾਦਾ ਬਿਰਵਾਦ ਨੇ ਮਾਇ ਖਾਲਕ ਇਸਲਾਮ ਵਈ ਹਦੀਸ ਔਰ ਨਾ ਇਹੋ ਜਿਹੀ ਹਦੀਸ ਹੀ ਕੋਈ ਦੁਨੀਆਂ 'ਚ ਨਿਕਲੀ ਹੈ ਜਿਹਦੇ 'ਚੋਂ ਇਸਲਾਮ ਨੂੰ ਗਿਰਾਉਂਦੇ ਦੀਨੇ ਇਸਲਾਮ ਨੂੰ ਨੁਕਸਾਨ ਪਹੁੰਚਾਉਂਦੇ ਆਪ ਕੋਈ ਐਸਾ ਨਹੀਂ ਸਾਬਤ ਹੋਇਆ ਕਿ ਜਿੱਥੇ ਵਾਕਈ ਜ਼ਰੂਰਤ ਸੀ ਸਿਆਸੀ ਬੁਨਿਆਦ ਤੇ ਕੋਈ ਇਹੋ ਜਿਹਾ ਬੂਟ ਨਹੀਂ ਇਸ ਤੋਂ ਮੁਤਅੰਬਲ ਕਜ਼ਬ ਦੀ ਗੱਲ ਕੀਤੀ ਕਿ ਇਰਦਾਮ ਟੂਟਾ ਤੋ ਮਤੇ ਹੈ ਨਹੀਂ ਕਿ ਉਹਨਾਂ ਨੇ ਕਿਹਾ ਹਦੀਸਾਂ ਗੱਲ ਕਰੀਆਂ ਹੁਣ ਬਈ ਸਵਾਲ ਇਹ ਆ ਅਸੀਂ ਜਿਹੜਾ ਹਦੀਸ ਦੇ ਵਿੱਚ ਆਉਂਦੇ ਹਾਂ ਕਿ ਆਦਰ ਹੋਣਾ ਚਾਹੀਦਾ ਮੁਤਕੀ ਹੋਣਾ ਚਾਹੀਦਾ ਉਹ ਗੱਲਾਂ ਇਹਨਾਂ 'ਚ ਨਹੀਂ ਇਹਨਾਂ 'ਤੇ ਕੰਮ ਐਸੇ ਕੀਤੇ ਜਿਹੜੇ ਕਬੀਰੇ ਕਿਹੜੇ ਕਿਸ ਤਰ੍ਹਾਂ ਆਦਲ ਅਸਾਵਤ ਕੁੱਲੋ ਮਜ਼ਦੂਰ ਜਿਹੜਾ ਕਾਨੂੰਨ ਬਣਾਇਆ ਐਤ ਵੀ ਨਹੀਂ ਹਦੀਸ ਵੀ ਨਹੀਂ ਕਈ ਵਾਰੀ ਆਲਮ ਕਹਿ ਦਿੰਦੇ ਜੀ ਹਦੀਸ ਹਜ਼ੂਰ ਨੇ ਫਰਮਾਇਆ ਸਾਬੀ ਸਾਰੇ ਆਦਲ ਨਾ ਇਹ ਐਤ ਨਹੀਂ ਹਦੀਸ ਨਹੀਂ ਉਲਮਾ ਨੇ ਆਪ ਇੱਕ ਕੁਲੀਆ ਬਣਾਇਆ ਸਾਬਾ ਸਾਰੇ ਆਦਲ
ਇਹਦੇ ਤੇ ਲੋਕਾਂ ਨੇ ਸਵਾਲ ਕੀਤਾ ਵੀ ਆਦਲ ਕਾਹਦੇ, ਕੋਈ ਸ਼ਰਾਬ ਪੀਂਦਾ ਉਹਨੂੰ ਕੋੜੇ ਵੱਜੇ ਆ, ਕਿਸੇ ਨੇ ਜਨਾਹ ਕੀਤਾ ਸੰਸਾਰ ਕਰਦਾ, ਉਹ ਫਾਸਕ ਤੇ ਹੈਗੇ ਆ। ਇਹ ਕਿੱਥੇ ਗੱਲ ਗਈ ਕਿ ਸਾਬਤ ਕਰੋ ਇਸ ਤੋਂ ਇਸ ਇਲਮੀ ਮਸਲੇ ਨੂੰ ਅੱਜ ਪਰਲੇ ਬੰਦ, ਕਿ ਜਦੋਂ ਇਹ ਕਹਿੰਦੇ ਅਸੀਂ ਕਿ ਸਾਬਾ ਸਾਰੇ ਆਦਲ ਆ, ਉਹਦਾ ਜੋੜਾ ਮਤਲਬ ਕਰਦਾ ਮੈਂ ਉਹਨਾਂ ਕੋਲ ਗੁਨਾਹ ਨਹੀਂ ਹੋਇਆ, ਝੂਠਾ ਹਦੀਸਾਂ ਉਹਦਾ ਮੂੰਹ ਭੰਨ ਦੇਣੀ ਆ, ਗੁਨਾਹ ਬੜੇ ਬੜੇ ਹੋਏ, ਜਨਾਹ ਵੀ ਹੋਏ, ਸ਼ਰਾਬਾਂ ਪੀਤੀਆਂ, ਐਸੀ ਕੋਈ ਗੱਲ। ਆਦਲ ਕੀ ਹੈ? ਆਦਲ ਦਾ ਸਿਰਫ ਇਹ ਮਤਲਬ ਹੈ ਵੀ ਛਲੀਆਂ ਲਗਾ ਕੇ ਦੇਖਿਆ ਮਗਰੇ ਮੌਜਾ ਰਸੂਲਾਂ ਦਾ, ਔਰ ਰੱਬ ਬਚਾ ਗਿਆ ਦੀਨ ਨੂੰ ਪਹਿਲੇ ਸਟੇਜ ਤੇ, ਇਹਨਾਂ ਨੇ ਹੋਰ ਗੁਨਾਹ ਜਿੰਨੇ ਮਰਜ਼ੀ ਕੀਤੇ ਹੋਣ, ਰਸੂਲ ਕਰੀਮ ਤੇ ਝੂਠੀ ਹਦੀਸ ਬਣਾਉਣ ਵਾਲਾ ਸਾਬੀ ਨਹੀਂ ਲੱਭਾ। ਹਾਂ, ਇਸ ਤੋਂ ਦੀਨ ਬਚ ਗਿਆ, ਜਿਸ ਤੋਂ ਅਸਾਬਤ ਕੁਲੋ ਮਦੂਮਤ ਦਾ ਮਤਲਬ ਕਿ ਨਬੀ ਪਾਕ ਤੇ ਨਾ ਲੈ ਕੇ ਦਿਲੋਂ ਝੂਠ ਕੱਢ ਕੇ ਕਿਸੇ ਸਾਬੀ ਨਹੀਂ ਬਣਾ। ਇਹਦਾ ਨਹੀਂ ਕੋਈ ਨਿਸ਼ਾਨ ਮਿਲਦਾ। ਬੰਦੇ ਪੁੱਛ ਸਕਦੇ ਵੀ ਹੋਰ ਗੁਨਾਹ ਕਰਦੇ ਸੀ ਕਿਉਂ ਨਹੀਂ ਕੀਤਾ? ਵੀ ਇਹ ਰੱਬ ਦੀ ਮਿਹਰਬਾਨੀ ਹੋਈ, ਸੁਨਤ ਰਸੂਲ ਨੂੰ ਬਚਾ ਲਿਆ, ਵਰਨਾ ਜ਼ੁਬਾਨ ਉਹ ਖੋਲ ਸਕਦੇ ਝੂਠੀ, ਜਿੱਥੇ ਹੋਰ ਬੁਰੇ ਕੰਮ ਕਰ ਲੈਂਦੇ ਸੀ, ਜਨਾਹ ਹੋ ਗਿਆ, ਸ਼ਰਾਬਾਂ ਝੂਠ ਬੋਲਣਾ ਪਿਆ। ਮਗਰ ਅੱਲਾ ਦੀ ਮਿਹਰਬਾਨੀ ਸੀ ਇਸ ਉਮਤ ਤੇ ਕਿ ਕਿਸੇ ਸਾਬੀ ਤੋਂ ਇਹ ਨਹੀਂ ਜੁਰਮ ਸਾਬਤ ਹੋਇਆ ਕਿ ਉਹਨੇ ਹਦੀਸੇ ਰਸੂਲ ਜਾਰੀ ਕਰਾ। ਇਸ ਤੋਂ ਸ਼ਾਹ ਵਲੀ ਉੱਲਾ ਰਹਿਮਤੁੱਲਾ ਦੂਜਿਆਂ ਦੇ ਹਵਾਲੇ ਪੜ੍ਹਾਂ ਤਾਂ ਕਿ ਕੁਲੀਆ ਸਮਝ ਆ ਜਾਏ ਕਿ ਜਦੋਂ ਅਸੀਂ ਆਨੇ ਹਰ ਸਾਬੀ ਆਜਲ, ਔਰ ਇੱਥੇ ਕਈ ਸ਼ੀਆ ਉਲਮਾ ਨੇ ਕਿਤਾਬਾਂ ਲਿਖੀਆਂ ਅਦਾਲਤ ਸਾਬਾ, ਔਰ ਉਹਦੇ ਚ ਉਹਨਾਂ ਦੇ ਗੁਨਾਹ ਲਿਖੇ, ਔਰ ਉਰਦੂ ਤਰਜਮੇ ਹੋ ਗਏ। ਬਾਕੀ ਕਈ ਬੱਚੇ ਪਰੇਸ਼ਾਨ ਹੋ ਜਾਣ, ਗੁਨਾਹ ਤਾਂ ਹੈਗੇ ਸ਼ਿਆਦ ਬਈ, ਇਹ ਨਹੀਂ ਜੇ ਲੈਣਾ ਕਿ ਹਦੀਸ ਵਾਸਤੇ ਚਾਹੀਦਾ ਵੀ ਉਹ ਫਰਿਸ਼ਤਾ ਹੋਵੇ, ਏਦਾਂ ਦਾ ਕੋਈ ਨਹੀਂ ਨਿਕਲਣਾ। ਬੰਦਿਆਂ ਕੋਲ ਗੁਨਾਹ ਹੁੰਦੇ ਰਹਿੰਦੇ ਆ, ਇੱਥੇ ਸਿਰਫ ਦੋ ਸ਼ਾਇਆਂ ਚਾਹੀਦੀਆਂ ਉਸੂਲ ਦੇ ਤੌਰ ਆ, ਸਮੇਂ ਲੋ ਅਗਰ ਹਦੀਸ ਪੜ੍ਹਨੀ ਹੈ ਤੇ ਸਿੱਧ ਔਰ ਖੇਪਤ, ਬਸ ਕੋਈ ਹੋਰ ਸ਼ਾਇ ਨਹੀਂ ਵੇਖਣੀ। ਆਪਣੀ ਜ਼ਿੰਦਗੀ ਚੋਂ ਕੀ ਕਰਦਾ ਕੀ ਨਹੀਂ ਕਰਦਾ, ਸੱਚ ਬੋਲਦਾ ਹੋਵੇ, ਇਹ ਸਾਬਤ ਹੋਵੇ ਕਿ ਇਹਨੇ ਹਦੀਸ ਕਦੀ ਕਿਸੇ ਬਿਆਨ ਨਹੀਂ, ਇਤਿਹਾਸ ਦਾ ਠੀਕ, ਇਹ ਦੋ ਸ਼ਾਇਆਂ ਲੱਭ ਜਾਣ ਉਹ ਆਦਲ ਹੈ। ਹਦੀਸ ਦੇ ਇਲਮ ਚੋਂ ਆਦਲ ਆ, ਭਾਵੇਂ ਉਹ ਸ਼ਰਾਬੀ ਹੈ ਤੇ ਭਾਵੇਂ ਕੰਮ, ਇਹ ਕੁਲੀਏ ਨੂੰ ਦੇਹ ਨਸ਼ੀਨ ਕਰਨਾ। ਇੱਥੇ ਜਿਹੜੀ ਅਦਾਲਤ ਮਤਲਬ ਉਹ ਫਰਿਸ਼ਤਿਆਂ ਵਾਲੀ ਨਹੀਂ ਕਿ ਉਹਨਾਂ ਕੋਲ ਗੁਨਾਹ ਨਾ ਹੁੰਦੇ ਹੋਣ, ਸਿਰਫ ਇਹ ਦਰਕਾਰ ਆ ਵੀ ਜਿਹੜਾ ਉਹ ਨੈਰੇਸ਼ਨ ਕਰ ਰਿਹਾ ਹਜ਼ੂਰ ਤੋਂ ਬਿਆਨ ਕਰੇ, ਇੱਥੇ ਚਾਹੀਦਾ ਵੀ ਉਹ ਝੂਠ ਤੇ ਨਹੀਂ ਬੋਲਦਾ ਹਜ਼ੂਰ ਦਾ ਨਾਂ ਲੈ ਕੇ, ਤੇ ਦੂਜੇ ਪਾਸੇ ਗੱਲ ਯਾਦ ਹੈ ਉਹਨੂੰ, ਇਹਨਾਂ ਦੋਵਾਂ ਗੱਲਾਂ ਦਾ ਇਤਮੀਨਾਨ ਹੋ ਜਾਏ ਤੇ ਮਸਲਾ ਬਿਲਕੁਲ ਹੱਲ। ਤੋ ਸ਼ਾਹ ਵਲੀ ਉੱਲਾ ਰਹਿਮਤੁੱਲਾ ਅਲੈਹ ਇਸ ਬਾਰੇ ਫਰਮਾਉਂਦੇ ਕਿ ਜਦੋਂ ਅਸੀਂ ਆਨੇ ਕਿ ਸਾਹਬਾ ਜਿਹੜੇ ਆਦਲ ਆ ਉਹ ਅਹਿਮ ਕਰੋ ਸਮਝਦੇ ਵੀ ਗਲਤੀ ਕੋਈ ਨਹੀਂ ਹੁੰਦੀ। ਵਕਾਲ ਸ਼ਾਹ ਵਲੀ ਉੱਲਾ ਦਿਲ ਵੀ ਬਿੱਤ ਸਭ ਹੋਏ ਵਜਦ ਨਾਲ ਨਾਦਮੀ ਸਾਬਤ ਯਾਦ ਤੱਕ ਜੋ ਉਹਨਾਂ ਨੂੰ ਖਸ ਬਲਾ ਰਸੂਲਾ ਸਰਸਨ ਅਸ਼ਦ ਜ਼ਨੂਬ ਵਯਾ ਦਰੂਨਾ ਨੋ ਗਾਇਤਲ ਯਾ ਤਾ ਦਰੂਨਾ ਨੋ ਗਾਇਤ ਰਾਤ ਫਰਮਾਉਂਦੇ ਇਹ ਛਾਣ ਬੀਣ ਕਰਕੇ ਅਸੀਂ ਦੇਖ ਲਿਆ, ਪੂਰੀ ਤਰ੍ਹਾਂ ਟੂੰਡਿਆ, ਰਿਆਤ ਨਹੀਂ ਕੀਤੀ ਕੋਈ, ਮਗਰ ਤਤੱਬੋ ਨਾਲ ਤਲਾਸ਼ ਨਾਲ ਪਤਾ ਚੱਲ ਗਿਆ ਕਿ ਸਹਾਬਾ ਸਾਰੇ ਦੇ ਸਾਰੇ ਭਾਵੇਂ ਕੋਈ ਆ ਰੱਦ ਪਾਵੇਂ ਅਗਨ, ਇਹ ਸਾਰੇ ਇਸ ਗੱਲ ਨੂੰ ਬਹੁਤ ਬੜਾ ਗੁਨਾਹ ਸਮਝਦੇ ਸੀ ਮੈਂ ਰਸੂਲਾ ਦਾ ਨਾਂ ਲੈ ਕੇ ਝੂਠ ਬੋਲਦਾ। ਹਜ਼ੂਰ ਨੇ ਚੁੱਕ ਕੇ ਬਹੁਤ ਡਰਾਇਆ ਸੀ, ਬੇਸ਼ੁਮਾਰ ਮੌਕਿਆਂ ਤੇ ਕਿਹਾ ਸੀ ਵੀ ਜਿਹਨੇ ਮੇਰਾ ਨਾਂ ਲੈ ਕੇ ਕੋਈ ਗੱਲ ਕੀ ਜਿਹੜੀ ਮੈਂ ਨਹੀਂ ਕੀ ਦੋਸਤ, ਇਹਦਾ ਅਸਰ ਬਹੁਤ ਦਿਨਾਂ ਹੋ ਗਿਆ ਸੀ। ਇਸ ਤੋਂ ਨਬੀ ਅਲੈਹ ਸਲਾਮ ਦਾ ਨਾਂ ਲੈ ਕੇ ਝੂਠ ਨਹੀਂ ਸੀ ਬੋਲਦੇ, ਵਯਾ ਤੇਰੇ ਜੂਨਾਂ ਨੂੰ ਗਾਇਆ ਤਲਹ ਤਰਾ, ਇਸ ਬਾਰੇ ਪੂਰੀ ਤਰ੍ਹਾਂ ਪਰਹੇਜ਼ ਕਰ ਸੀ। ਇਹ ਤਾਂ ਦਲੀਬ ਰਾਵੀ ਦੇ ਹਾਸੀਏ ਜੀ ਬਿਲਕੁਲ ਮੁਹੰਮਦ ਮੋਹੀਉਦੀਨ ਸਾਰੇ, ਔਰ ਮੌਲਾਨਾ ਸ਼ਾਹ ਅਬਦੁਲ ਅਜ਼ੀਜ਼ ਰਹਿਮਤੁੱਲਾ ਵੀ ਆਪਣੇ ਸਤਾਵ ਵਿੱਚ ਲਿਖਿਆ ਕਿ ਅਸੀਂ ਜਿਹੜਾ ਕਹਿੰਦੇ ਰਹੇ ਨੇ ਸਾਬਾ ਆਦਲ ਹੈ, ਹਾਂ ਚ ਡਰ ਮਤੂ ਨੇ ਅਕਾਇਦ ਮਰਕੂਮਤ ਕੇ ਸਾਬੀ ਦਾ ਤਾਨ ਨਾ ਬਾਤ ਕਰ ਦਰੁਸਤ ਅਮਾ ਰਿਵਾਇਤ ਹਦੀਸ ਹੈ ਕਿ ਮੁਸਲਮ ਨੇ ਵਜੇ ਦੂਜੂ ਹੈ ਤਾਨ ਦਰਬਾਜ਼ੇ ਸਾਬਾ ਬਾਸ਼ਦ ਬਾਕੇ ਨਾ ਦਰਦ ਕਹਿੰਦੇ ਬਿਆਨ ਨਾ ਕਰੋ ਉਹਨੀਆਂ ਬੁਰਾਈਆਂ। ਸ਼ਾਹ ਸਾਹਿਬਾ ਕਿਹਾ ਕਿਤਾਬਾਂ ਫੂਕ ਜਾਣੀਆਂ, ਥਾਂ ਥਾਂ ਤੇ ਲਿਖਿਆ ਕਿ ਸ਼ਰਾਬ ਪੀਤੀ ਕੇ ਤੁਸੀਂ ਧੋਖਾ ਕਰਨਾ ਇਲਮ, ਕੋਈ ਡਰ ਨਹੀਂ ਉਹ ਹਦੀਸਾਂ ਸੁਣਾਉਣ ਜਿਨ੍ਹਾਂ ਦਾ ਇਹਦੇ ਚਾਹ ਪਾਉਂਦਾ, ਬਿਆਨ ਕਰੋ ਕਿ ਫਲਾਂ ਕੋ ਗਲਤੀ ਹੋਈ ਮਗਰ ਇਹਦਾ ਮਤਲਬ ਇਹ ਨਹੀਂ ਆਉਂਦੀ ਹਦੀਸ ਦੇ ਬਾਅਦ ਬਿਲ ਜੁਮਲਾ ਗਰਜ ਦਿਆ ਸਾਹਿਬ ਬਈ ਅਸਵੇ ਸਾਹਿਬ ਜੀ ਦੱਸ ਨਾ ਕੇ ਸਾਬਾ ਕੁੱਲੋਂ ਮਾਸੂਮਨ
ਬਾਬਾ ਜੀ ਰੁਜੂ ਹੈ ਤਾਂ ਨੂੰ ਦੱਸ ਹਦੀਸ ਦੇ ਆਰਮ ਜਿਹੜੇ ਆਉਂਦੇ ਸਾਰਿਆਂ ਤੇ ਇਤਬਾਰ ਕਰੋ ਜਾਂ ਇਹ ਮਤਲਬ ਨਹੀਂ ਜੇ ਮਾਸੂਮ ਆ ਤੇ ਨਾ ਕੋਈ ਗੁਨਾਹ ਨਹੀਂ ਹੁੰਦਾ ਤੇ ਇਹਨਾਂ ਤੇ ਕੋਈ ਤਾਂ ਨਹੀਂ ਹੋ ਸਕਦਾ ਵਾਂ ਚ ਦਰ ਕੁਤਬੇ ਉਸੂਲੀਆ ਮਰਕੂਮ ਅਸਕਿਆ ਸਾਬਤ ਕੁੱਲੋ ਮਦੂਰ ਬਸ ਮੁਰਾਦ ਆਸ ਕੇ ਸਾਬਾ ਕੁੱਲੋਮ ਦਾ ਰਿਵਾਇਤ ਹਦੀਸ ਅਦਾਂ ਹਜ਼ਰਤ ਸਲਸਲਮ ਮਾਮੋਨਾ ਮੌਤ ਜਦੋਂ ਅਸੀਂ ਸਾਬਾ ਸਾਰੇ ਮੌਤ ਮਰਿਆ ਉਹ ਸਿਰਫ ਹਦੀਸ ਹਦੀਸ ਦੀ ਹੱਦ ਤੱਕ ਇਹ ਲੋਕ ਜਦੋਂ ਕਹਿੰਦੇ ਰਸੂਲਾਂ ਨੇ ਫਰਮਾਇਆ ਅਮਰ ਬਿਨ ਆਸ ਭਾਵੇਂ ਹਜ਼ਰਤ ਮੁਆਵੀਆ ਜਾਂ ਹਜ਼ਰਤ ਮੁਗੀਰਾ ਬਿਨ ਸ਼ੋਬਾ ਰਜ਼ੀ ਅੱਲਾਹ ਅਨਹੁਮਾ ਸਾਰੇ ਮੌਤ ਇੱਥੇ ਸਵਾਲ ਨਹੀਂ ਉੱਠ ਸਕਦਾ ਬੈਲੀ ਦਾ ਇਤਬਾਰ ਹੈ ਦੂਜੇ ਨੇ ਉਹ ਹੋਰ ਗੱਲਾਂ ਕਹਿਦੇ ਚਲੀ ਹੱਕ ਤੇ ਉਹ ਦੂਜੇ ਉਹ ਮਾਮਲੇ ਵੱਖਰੇ ਹਦੀਸ ਰਸੂਲ ਤੇ ਸਾਰੇ ਮਾਮੂਨ ਮੌਤ ਹਰ ਗਜ਼ਬ ਦੇ ਸਾਂ ਕਿਜ਼ਬ ਦਾ ਰਿਵਾਇਤ ਸਾਬਤ ਨਾ ਹਦੀਸ ਦੇ ਇਲਮ ਚ ਕਿਸੇ ਤੋਂ ਨਹੀਂ ਸਾਬਤ ਹੋਇਆ ਨਾ ਕੋਈ ਵਿਖਾ ਸਕਿਆ ਬਿਨਾਂ ਨੇ ਆਹ ਜਾਲੀ ਬਣਾ ਕੇ ਯਾਰ ਆਪਣਾ ਕੰਮ ਚਲਾ ਰਿਹਾ ਸੀ ਲੱਭੀ ਨਹੀਂ ਹੋਰ ਇਤਰਾਜ਼ ਵੱਖਰੇ ਚੁਣਾ ਚ ਤਜਰਬਾ ਤਹਕੀਕ ਨਾ ਰਸੂਦਾ ਕਿਦਰ ਮੁਕੱਦਮਾਤ ਦੀਗਰ ਰਜ਼ੀਆਤ ਰੋਗ ਗੁਸਤਾ ਬਾਸ਼ਨ ਨਾ ਆਂਕੇ ਮਸਲੇ ਗੁਨਾਹ ਨਾ ਆਂਦੇ ਇਹ ਨਹੀਂ ਕਿ ਕਿਸੇ ਹੋਰ ਕੰਮ ਚ ਗੁਨਾਹ ਨਹੀਂ ਹੋਏ ਬੜੇ ਬੜੇ ਮਗਰ ਆਇਆ ਰੱਬ ਦਾ ਫਜ਼ਲ ਰਿਹਾ ਕਿ ਹਦੀਸ ਪਾਕ ਦੇ ਅੰਦਰ ਚੂਰ ਨਹੀਂ ਚੁਣਾ ਚ ਕਰੀਬ ਗਸ਼ਤ ਕੇ ਬਾਅਦ ਅਲੀ ਹਾਦਰ ਹਜ਼ੂਰ ਤਰਸਰਮ ਕਿੰਨੀਆਂ ਹਦੀਸਾਂ ਸੀ ਮੈਂਬਰਾਂ ਤੇ ਸੁਣਾਉਂਦੇ ਕਿ ਫਲਾਂ ਸਾਬੀ ਕੋ ਜਨਾ ਹੋਇਆ ਹਜ਼ੂਰ ਨੇ ਸੰਸਕਾਰ ਕੀਤਾ ਫਲਾਂ ਗਾਂਧੀਆ ਔਰ ਤੋਂ ਜਨਾ ਹੋਇਆ ਸੰਸਕਾਰ ਕੀਤਾ ਜਨਾਹ ਤੋਂ ਵੱਡੀ ਕੋ ਬੁਰਾਈ ਹੈ ਹੱਦਾਂ ਲੱਗੀਆਂ ਉਹਨਾਂ ਤੇ ਮਗਰ ਉਹ ਹੋਰ ਜਰੂਰ ਹਦੀਸ ਰਸੂਲ ਚੰਦਾ ਹਿਫਾਜ਼ਤ ਕਰ ਗਿਆ ਮੈਂ ਖੁਰਾਸੇ ਦੇ ਤੌਰ ਥੋੜਾ ਬਹੁਤ ਪੜ੍ਹਤਾ ਔਰ ਇਹ ਜਿਹੜੀ ਨਵਾਬ ਸੈਯਦ ਸਿੱਦੀਕ ਹਸਨ ਰਹਿਮਤੁੱਲਾਹ ਅਲੈਹ ਦੀ ਕਿਤਾਬ ਅਰਜ਼ਾ ਲਿਮਾ ਕਾਨਾ ਵ ਮਾ ਯਕੂਨ ਬੈਨਾ ਜਿਲ੍ਹਾ ਜਿਸਾ ਸਾਊਦੀਆਂ ਨੇ ਛਪਾਈ ਔਰ ਇਹ ਵੀ ਕਿਤਾਬ ਛੋਟੀ ਹੋਣ ਦੇ ਬਾਵਜੂਦ ਬਹੁਤ ਉਮਦਾ ਕਿ ਹਜ਼ੂਰ ਦੇ ਜ਼ਮਾਨੇ ਤੋਂ ਹੁਣ ਤੱਕ ਜੋ ਹੋ ਚੁੱਕਾ ਤੇ ਜੋ ਅਜੇ ਗਾਹ ਹੋਣਾ ਉਹ ਸਾਰੀ ਪੇਸ਼ਗੋਈਆਂ ਇਹਦੇ ਇਕੱਠੀਆਂ ਕਰੀ ਜੋ ਹੋ ਚੁੱਕਾ ਉਹਦੀ ਦੱਸੀ ਗਿਆ ਕਿ ਵੇਖੋ ਹਜ਼ੂਰ ਦਾ ਮੌਜਦਾ ਪੂਰਾ ਹੋ ਗਿਆ ਕਿ ਆਪ ਨੇ ਦੱਸਿਆ ਸੀ ਫੁਲਾਂ ਸਾਨੂੰ ਚਾਹ ਕੇ ਹੋ ਗਿਆ ਔਰ ਜੋ ਕਿਆਮਤ ਅੱਗੇ ਹੋਣਾ ਹਜ਼ਰਤ ਮਹਿਦੀ ਹੈ ਮਸੀਹ ਅਲੈਹਿਸ ਸਲਾਮ ਦਾ ਨਜ਼ੂਰ ਦੱਜਾਲ ਇਹ ਸਭ ਲਿਖੀ ਕਿਤਾਬ ਵੀ ਐਸੀ ਕਿ ਜੋ ਹੋ ਚੁੱਕਾ ਔਰ ਜੋ ਕਿਆਮਤ ਤੱਕ ਹੋਣਾ ਉਹ ਇਹਦੇ ਚ ਬਿਆਨ ਇਹ ਅਲ-ਇਮਾਮੁਲ ਮਹਦੀ ਤੇ ਬਹਿਸ ਕਰਦੇ ਇਹਦੇ ਤੇ ਇਬਨ ਖਲਦੂਨ ਨੇ ਸ਼ੋਸ਼ਾ ਛੱਡਤਾ ਨਹੀਂ ਇਸ ਬਾਰੇ ਜਿੰਨੀਆਂ ਹਦੀਸਾਂ ਇਹ ਕਮਜ਼ੋਰ ਜਿਹੀਆਂ ਇਹ ਫਲਾਂ ਰਾਵੀ ਇਹ ਫਲਾਂ ਤੋਂ ਫਿਰ ਇੱਥੇ ਲਿਖ ਦੇ ਬਲਾ ਐਸਾ ਕਮਾ ਜਮ 112 ਔਰ 113 ਇਬਨ ਖਲਦੂਨ ਦੀ ਬਹਿਸ ਠੀਕ ਨਹੀਂ ਐਵੇਂ ਇਸ ਤਰ੍ਹਾਂ ਹਦੀਸਾਂ ਨੂੰ ਨਹੀਂ ਉਡਾਉਣਾ ਚਾਹੀਦਾ ਵੈਨਲ ਹੱਕਰ ਹੱਕਾ ਬਿਲ ਇਤਬਾ ਵਲ ਕੌਰ ਅਲ ਮੁਹੱਕਕਾ ਅਨਿਲ ਮੁਹੱਦਸੀਨ ਅਲ ਮੁਮੈਯਜ਼ੀਨ ਬੈਨ ਅਦਾਰ ਵਲ ਕਾਇਨ ਅਲ ਮੁਤਬਰਾ ਫਿਰ ਰਵਾਤ ਵਲ ਜਲ ਅਹਦੀਸ ਅਮਰਾਨ ਲਾ ਸਾਰ ਸਲਾਮ ਬਹੁਤ ਨੁਕਤੇ ਦੀ ਗੱਲ ਆ ਵਰਨਾ ਪੈਰ ਪੈਰ ਤੇ ਸਵਾਲ ਆਉਣਾ ਵੀ ਉਹ ਬੰਦੇ ਨੇ ਤਿਆਰ ਗਲਤ ਕੰਮ ਕੀਤਾ ਹਦੀਸ ਹੀ ਨਾਲੋਂ ਫਿਰ ਭਾਈ ਦੁਨੀਆਂ ਸੱਚਾ ਗਵਾਹ ਕੋਈ ਨਹੀਂ ਲੱਗਾ ਸਾਰਿਆਂ ਕੋਈ ਕੁਛ ਨਾ ਕੋਈ ਗਲਤ ਕੰਮ ਹੁੰਦੇ ਫਿਰ ਤੇ ਅਦਾਲਤ ਦਾ ਨਿਜ਼ਾਮ ਹੀ ਖਤਮ ਹੋ ਜਾਣਾ ਕੋਈ ਨਾ ਕੋਈ ਐਪ ਤੇ ਹਰ ਬੰਦੇ ਦੇ ਨਿਕਲੀ ਆਉਣਾ ਤਾਂ ਫਰਮਾਇਆ ਜਿਹੜਾ ਹੱਕ ਹੈ ਨਾ ਔਰ ਜਿਹਦੀ ਪੈਰਵੀ ਕਰਨੀ ਚਾਹੀਦੀ ਹੈ ਔਰ ਹਦੀਸ ਦੇ ਆਰਮਾਂ ਨੇ ਜਿਹੜਾ ਨਿਚੋੜ ਕੱਢਿਆ ਹੋਇਆ ਕਿ ਰਾਵੀਆਂ ਸਿਰਫ ਦੋ ਗੱਲਾਂ ਲੱਭਣੀਆਂ ਚਾਹੀਦੀਆਂ ਤੀਸਰੀ ਨਹੀਂ ਹੋਣੀ ਚਾਹੀਦੀ ਉਹ ਕਿਸ ਫਿਰਕੇ ਦਾ ਕਿਸ ਪਾਰਟੀ ਦਾ ਕਿਹੜੀ ਜੰਗ ਚ ਗਿਆ ਇਹ ਤੀਸਰੀ ਗੱਲ ਤਲਾਸ਼ ਕਰੋਗੇ ਸਾਰਾ ਇਲਮ ਉੜ ਜਾਊਗਾ ਦੋਸ਼ ਲਹਮਾ ਜ਼ਬਤ ਇਹ ਚਾਹੀਦਾ ਜਿਹੜਾ ਗੱਲ ਸੁਣਾ ਰਿਹਾ ਇਹਦੀ ਯਾਦਦਾਸ਼ਤ ਠੀਕ ਹੈ ਤੁਰਤ ਨਹੀਂ ਗੱਲ ਜਿਹੜਾ ਯਾਦਦਾਸ਼ਤ ਨਹੀਂ ਠੀਕ ਉਹਦੀ ਗੱਲ ਹੈ ਅਕਲ ਦੀ ਗੱਲ ਕਿ ਜਦੋਂ ਉਹਨੂੰ ਯਾਦ ਹੀ ਨਹੀਂ ਦਿੰਦਾ ਇਹਦੀ ਗੱਲ ਦਾ ਕੀ ਇਤਬਾਰ ਹੈ ਵਧਾਤੀ ਹੋਵੇ ਘਟਾਤੀ ਤਾਂ ਫਿਰ ਮੈਂ ਇੱਕ ਜ਼ਬਤ ਕਹੀ ਅੱਲਾ ਸਿੱਧ ਔਰ ਦੂਜਾ ਸੱਚ ਸੱਚਾ ਔਰ ਜ਼ਬਤ ਜਿਹੜਾ ਦੂਨਾ ਮਾਤਬਰ ਅਮਤ ਹਰ ਅਸੂਲ ਮਿਲਣ ਅਦਾਰ ਅਤੇ ਵਗੈਰਾ ਉਹ ਆਉਂਦੇ ਜਿਹੜੇ ਐਵੇਂ ਸ਼ਰਤਾਂ ਲਾਉਂਦੇ ਇਹੋ ਜਿਹਾ ਹੋਣਾ ਚਾਹੀਦਾ ਜ਼ਿੰਦਗੀ ਪਰ ਗੁਨਾਹ ਕਬੀਰਾ ਨਾ ਕੀਤਾ ਹੋਵੇ ਇਹ ਸਾਰੀਆਂ ਐਵੇਂ ਰਹਿਮੀ ਗੱਲਾਂ ਭਲਾ ਯਤ ਤਰਕ ਰੁਹ ਮਿਲਾ ਸਿਆ ਤੇ ਹਦੀਸ ਤੇ ਗੈਰ ਦਾਰੇ ਇਹ ਦੋ ਗੱਲਾਂ ਅਗਰ ਰਾਵੀ ਚ ਨਿਕਲ ਆਈਆਂ ਕਿ ਉਹ ਸੱਚਾ ਹੈ ਔਰ ਹਾਫਜ਼ਾ ਠੀਕ ਤੁਸੀਂ ਨਹੀਂ ਕਹਿਣਾ ਇਹ ਖਾਰਜੀ ਹੈ ਤੇ ਰਾਫਜ਼ੀ ਹੈ ਤੇ ਫਲਾਨਾ ਇਹ ਗੱਲਾਂ ਕੋਈ ਨਹੀਂ ਹੈ ਉਹਦਾ ਤੇ ਰੱਬ ਦਾ ਮਾਮਲਾ ਵੀ ਉਹ ਕੀਦਾ ਕੀ ਰੱਖਦਾ ਤੁਸੀਂ ਇਹ ਦੇਖੋ ਸੱਚ ਤੇ ਬੋਲਦਾ ਔਰ ਯਾਦਦਾਸ਼ਤ ਠੀਕ ਹੈ
ਇਹਦੋਂ ਬਾਅਦ ਹਜੀਸ ਕੋਈ ਇਤਰਾਜ਼ ਨਹੀਂ ਕਹਿ ਸਾਹਿਬ ਮਿਸਲੋ ਜ਼ਾਲਿਕੇ ਪੱਥਰ ਚਲਾ ਰਹੇ ਜ਼ਾਲਿਕ ਸਯਾਨ ਉਹ ਆਉਂਦੇ ਇਹੋ ਜਿਹੀ ਗੱਲਾਂ ਚਲਾ ਦਿਓਗੇ ਤੇ ਬੁਖਾਰੀ ਮੁਸਲਿਮ ਵੀ ਉੱਡ ਜਾਣੀਆਂ ਉਹਨਾਂ ਦੇ ਰਾਜੀਆਂ ਦੇ ਸੌ ਇਤਰਾਜ਼ ਉਲਮਾ ਨੇ ਕੀਤਾ ਮਗਰ ਉਹ ਇਸ ਨੇ ਮੌਤ ਬਰਗਣੀਆਂ ਗਈਆਂ ਵੀ ਉਹ ਜ਼ਾਬਿਤ ਆ ਔਰ ਸਾਦਿਕ ਬੰਦੇ ਜਿਹੜੇ ਉਹਨਾਂ ਦਾ ਹਾਫਜ਼ਾ ਠੀਕ ਆ ਸੱਚੇ ਇੱਕ ਸੌ ਬਾਰਾਂ ਰਿਕਸ਼ੇ ਤੇਰਾਂ ਸਫ਼ੇ ਦੇ ਫਿਰ ਇਮਾਮ ਮਹਿਦੀ ਚਾਹੀਏ ਕਿ ਇਮਾਮ ਮਹਿਦੀ ਦਾ ਆਉਣਾ ਬਰਹੱਕ ਆ ਹਜ਼ਰਤ ਫਾਤਮਾ ਦੀ ਔਲਾਦ ਚੋਣਾ ਮੁਹੰਮਦ ਉਹਦਾ ਨਾਂ ਹੈ ਅਬਦੁੱਲਾ ਉਹਦਾ ਬਾਪ ਆ ਔਰ ਉਹਨੇ ਆ ਕੇ ਜ਼ਮੀਨ ਜ਼ੁਲਮ ਨਾ ਭਰੀ ਹੋਣੀ ਇਨਸਾਫ਼ ਨਾ ਫਿਰ ਇਹਨੂੰ ਭਰ ਦੇਣਾ ਇਹ ਸਾਰੀਆਂ ਹਦੀਸਾਂ ਫਿਰ ਇਮਾਮ ਨਵਾਬ ਸਦੀਕ ਹਸਨ ਨੇ ਇਕੱਠੀਆਂ ਕਰ ਉਹ ਖੈਰ ਆ ਰਹਿਦਾ ਖੁਤਬਾ ਮਗਰ ਸਿਰਫ ਇਹ ਦੱਸਣ ਲਈ ਕਿ ਹਦੀਸਾਂ ਤੇ ਇਤਰਾਜ਼ ਕਰਨਾ ਤੇ ਸਿਰਫ ਦੋਵਾਂ ਗੱਲਾਂ ਕਿ ਜਾਂ ਇਸ ਆਦਮੀ ਦਾ ਹਾਫਜ਼ਾ ਨਹੀਂ ਦਰੁਸਤ ਪਾਇਆ ਗਿਆ ਜਾਂ ਇਹ ਸੱਚ ਨਹੀਂ ਬੋਲਦਾ ਅਗਰ ਉਹ ਸੱਚ ਬੋਲਦਾ ਹਾਫਜ਼ਾ ਠੀਕ ਤੇ ਗਾਂ ਕੋਈ ਬਹਿਸ ਨਹੀਂ ਕਰਨੀ ਠੀਕ ਜੀ ਉਸ ਇਮਾਮ ਨੇ ਲਿਖੀ ਹੈ ਜਿਨ੍ਹਾਂ ਬਲੂਗ ਉਲ ਮਰਾਮ ਦੀ ਸ਼ਰ੍ਹਾ ਸੁਬਲ ਇਸਲਾਮ ਚਾਰ ਰਸਾਲਾ ਲਿਖਿਆ ਕਿ ਲੋਕ ਆਉਂਦੇ ਜੀ ਉਹ ਪਹਿਲੇ ਆਲਮ ਇਮਾਮ ਇਜਤਿਹਾਦ ਕਰ ਸਕਦੇ ਜੀ ਹੁਣ ਦੇ ਆਲਮਾਂ ਨੂੰ ਕੋਈ ਅੱਖ ਨਹੀਂ ਆਉਂਦਾ ਅਕਲ ਦੇ ਆਨੇ ਹੋ ਜਿੰਨੀ ਸਹੂਲਤ ਸਾਨੂੰ ਆ ਅਬੂ ਨਹੀਂ ਪਰ ਮਾਲਕ ਨੂੰ ਹਾਸਲ ਪੈਮਾ ਮਰਲਾ ਉਹਨਾਂ ਨੂੰ ਕਿਤਾਬਾਂ ਹੀ ਨਹੀਂ ਸੀ ਲੱਭੀਆਂ ਉਦੋਂ ਲਿਖੀਆਂ ਨਹੀਂ ਸੀ ਹਦੀਸਾਂ ਹੁਣ ਤੇ ਭਾਈ ਸਾਰਿਆਂ ਦਾ ਇਲਮ ਸਦਕੋ ਆ ਗਿਆ ਸਾਨੂੰ ਇਜਤਿਹਾਦ ਉਹਨਾਂ ਨਾਲ ਆਸਾਨ ਹੈ ਕਿ ਉਹਨਾਂ ਨੂੰ ਫਿਰ ਫਿਰ ਕੋਈ ਲੱਭਣੀ ਪੈਂਦੀ ਸੀ ਹੁਣ ਕਿਸ ਤਰ੍ਹਾਂ ਤੁਸੀਂ ਆਉਂਦੇ ਜੇ ਇਜਤਿਹਾਦ ਦਾ ਦਰਵਾਜ਼ਾ ਬੰਦ ਆ ਤਹਕੀਕ ਨਾ ਕਰੋ ਜੋ ਪਿਛਲੇ ਲਿਖੜੇ ਰਸਾਲੇ ਦਾ ਨਾਂ ਹੀ ਇਰਸ਼ਾਦ ਨੁਕਾਦ ਇੱਥੇ ਵੀ ਫਿਰ ਲਿਖਦੇ ਆ ਵੀ ਇਹਨਾਂ ਲੋਕਾਂ ਨੇ ਕਿਸੇ ਨੇ ਗੱਲ ਹੱਦੋਂ ਵਧਾਤੀ ਵੀ ਫਰਿਸ਼ਤਾ ਚਾਹੀਦਾ ਹਜ਼ੀ ਤੇ ਕਈਆਂ ਨੇ ਉਂਝ ਆਖਿਆ ਜਿੱਦਾਂ ਦੇ ਆਉਂਦੇ ਲਈ ਚਲੋ ਇਹਨੀ ਗੱਲਾਂ ਠੀਕ ਅਸਲੀ ਬਾਤ ਜਿਹੜੀ ਫਰਮਾਉਂਦੇ ਇੰਨੀ ਆ ਕਿ ਤੁਸੀਂ ਉਸ ਆਦਮੀ ਦੇ ਅੰਦਰ ਵੇਖੋ ਉਸ ਆਦਮੀ ਦਾ ਹੱਸਦਾ ਠੀਕ ਆ ਸੱਚ ਤੂੰ ਇਮਾਮ ਮਾਲਕ ਦੂਜਿਆਂ ਨੇ ਐਸਿਆਂ ਬੰਦਿਆਂ ਤੋਂ ਰਵਾਇਤਾਂ ਕੀਤੀਆਂ ਦਾਊਦ ਇਬਨ ਹੁਸੈਨ ਸੌਰ ਵੀ ਜਿਹੜੇ ਕਦਰੀਆ ਫਿਰਕੇ ਦੇ ਕੋਈ ਕਿਸੇ ਫਿਰਕੇ ਦਾ ਤੋ ਜਦੋਂ ਪੁੱਛਿਆ ਵੀ ਤੁਸੀਂ ਉਹਨਾਂ ਤੋਂ ਰਵਾਇਤਾਂ ਕਰਦੇ ਉਹਨਾਂ ਦੇ ਤਕੀਦੇ ਖਰਾਬ ਸੀ ਉਹ ਬਿਦਤੀ ਫਿਰਕਿਆ ਤੁਸੀਂ ਕਾਲੂ ਕਾਨ ਲਾਹੀ ਅਖਿਰੂ ਮਿਨ ਸਮਾਇਲ ਅਸਾਰਾ ਇਲਹਿਮ ਮੈਨ ਆਈ ਉਹ ਕਹਿਣ ਲੱਗੇ ਭਾਈ ਉਹ ਇਹੋ ਜਿਹਾ ਨੇਕ ਬੰਦੇ ਸੀ ਵੀ ਉਹ ਅਸਮਾਨ ਤੋਂ ਡਿੱਗ ਜਾਣਾ ਥੱਲੇ ਮਨਜ਼ੂਰ ਕਰਦੇ ਸੀ ਜੋਸ਼ ਨਹੀਂ ਸੀ ਬੋਲਦੇ ਉਹ ਕਦਰੀਏ ਸੀ ਤੇ ਉਹਨਾਂ ਦਾ ਪੀਦਾ ਉਹਨਾਂ ਨਾਲ ਉਹਨਾਂ ਨੂੰ ਸਮਝ ਆਈ ਕਿ ਇਹੋ ਮਸਲਾ ਠੀਕ ਹੈ ਉਹਨਾਂ ਨਾਲ ਰਹਿਣ ਦਿਓ ਅਸੀਂ ਉਹਨਾਂ ਨੂੰ ਪਾਇਆ ਕਿ ਝੂਠ ਬੋਲਣ ਦੀ ਬਜਾਏ ਅਸਮਾਨ ਤੋਂ ਗਿਰ ਕੇ ਮਰ ਜਾਣਾ ਇਸ ਦੇ ਸੱਚਿਆਂ ਦੀ ਅਸੀਂ ਹਿੰਸਾ ਕਰਨੀ ਹੈ ਇਸ ਤੋਂ ਕੀ ਗੱਲ ਨਚੋੜ ਨਿਕਲੀ ਕਿ ਹਜ਼ਰਤ ਮੁਆਵਿਆ ਰਜ਼ੀ ਅੱਲਾਹ ਅਨਹੁ ਕਿਦਬ ਸਾਬਤ ਹੋ ਜਾਂਦਾ ਨਾ ਕਿ ਉਹਨਾਂ ਨੇ ਹਜ਼ੂਰ ਦਾ ਨਾਂ ਲੈ ਕੇ ਝੂਠੀ ਹਦੀਸ ਫਿਰ ਬਾਕੀ ਅਸੀਂ ਮੁਜਰਮ ਸੀ ਕਿਉਂ ਬੁਖਾਰੀ ਮੁਸਲਮ ਤੋਂ ਉਹਦੀਆਂ ਹਦੀਸਾਂ ਲੈ ਨਹੀਂ ਇਹ ਗੁਨਾਹ ਨਹੀਂ ਹੋਇਆ ਬਾਕੀ ਜਿਹੜੇ ਉਹ ਸਭ ਸਰੇ ਦੱਸੇ ਉਹਦੇ ਚ ਕੋਈ ਸ਼ੱਕ ਨਹੀਂ ਉਹਦੀ ਸਫਾਈ ਦੇਣ ਦੀ ਲੋੜ ਨਹੀਂ ਮਗਰ ਉਹ ਹਦੀਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਹਦੀਸ ਨੂੰ ਨੁਕਸਾਨ ਪਹੁੰਚਦਾ ਹਾਫਜ਼ਾ ਖਰਾਬ ਹੋ ਗਿਆ ਕਿਸੇ ਆਦਮੀ ਦਾ ਜਾਂ ਉਹ ਇਸ ਬਾਰੇ ਸੱਚ ਨਹੀਂ ਬੋਲਦਾ ਇਹ ਤੇਰਾਂ ਸਫੇ ਦੇ ਇਮਾਮ ਨੇ ਸਾਰੇ ਆਖਿਆ ਕਿ ਬਾਕੀ ਕੈਦੇ ਕਾਨੂੰਨ ਨਾ ਬਣਾਓ ਇਹੋ ਜਿਹੀਆਂ ਕੋਈ ਗੱਲਾਂ ਨਹੀਂ ਨਾ ਫਿਰਕਾ ਵੇਖੋ ਤੇ ਨਾ ਹੋਰ ਮਸਲੇ ਮਸਾਇਲ ਵੀ ਉਹ ਕੁਰਾਨ ਨੂੰ ਮਖਲੂਕ ਕਹਿੰਦਾ ਸੀ ਦੂਜਾ ਨਹੀਂ ਇਹ ਐਵੇਂ ਮੌਲੀਆਂ ਦੀ ਰੌਲੇ ਆ ਲੱਭੋ ਇੰਨੀ ਗੱਲ ਵੀ ਆਦਮੀ ਸੱਚਾ ਹੋਵੇ ਔਰ ਉਹਦਾ ਹਾਫਜ਼ਾ ਬਿਲਕੁਲ ਇਹ ਹੁਣ ਇਮਾਮ ਸ਼ੌਕਾਨੀ ਰਹਿਮਤੁਲਾ ਦੀ ਨੈਲ ਰਾਦਾ ਇਹ ਗੁਰ ਦੀਆਂ ਗੱਲਾਂ ਵਰਨਾ ਪਰਵੇਜ਼ੀ ਵੀ ਔਰ ਜਿੰਨੇ ਮੁਨਕਰੀ ਨੇ ਹਦੀਸ ਹੈ ਇਹ ਮੇਰੇ ਭਾਈ ਰਫੀਕ ਇੱਥੇ ਹੀ ਹੋਣੇ ਮੈਂ ਉਹਨਾਂ ਨੂੰ ਤਿੰਨ ਉਹ ਕਾਗਜ਼ ਮੈਨੂੰ ਇੱਕ ਸ਼ਖਸ ਨੇ ਦਿੱਤੇ ਅਖਬਾਰ ਜਿੰਦਾ ਨਾ ਉਹ ਰਫੀਉੱਲਾ ਸ਼ਾਹਬ ਹੁਣ ਈਦ ਉਲ ਫਿਤਰ ਤੇ ਈਦ ਉਲ ਅਜ਼ਹਾ ਤੇ ਲਿਖਦਾ ਫਿਤਰਾਨੇ ਤੇ ਲਿਖਦਾ ਸ਼ੋਸ਼ੇ ਛੱਡ ਦੇ ਅੰਗਰੇਜ਼ੀ ਅਖਬਾਰਾਂ 'ਚ ਮਜ਼ਮੂਨ ਦਿੰਦੇ ਰਹਿੰਦੇ ਵੀ ਨਹੀਂ ਜੀ ਐਵੇਂ ਮੌਲੀਆਂ ਨੇ ਬਣਾਈ ਪੁਰਾਣੀ ਕਿਤਾਬ ਦੇਖੋ ਕੁਰਬਾਨੀ ਹਜ਼ੂਰ ਨੇ ਸਾਰੀ ਉਮਰ 'ਚ ਇੱਕ ਵਾਰੀ ਦਿੱਤੀ ਆ ਇਹ ਫਿਤਰਾਨਾ ਕੋਈ ਸ਼ੈ ਨਹੀਂ ਹੈ ਤੇ ਆਪ ਦਾਵਤ ਕਰੋ ਲੋਕ ਬਹਿਣ ਈਦ ਤੇ ਖਾਣ ਸ਼ੋਸ਼ੇ ਮੈਂ ਉੱਤੇ ਨਿਸ਼ਾਨ ਕੀਤਾ ਬਿਲਕੁਲ ਝੂਠੇ ਲੋਕ ਇਹਨਾਂ ਨੂੰ ਮੌਕਾ ਮਿਲਿਆ ਇਹ ਆਉਂਦੇ ਜੀ ਆਜ਼ਾਦੀ ਆਧਾਰ ਦਾ ਜ਼ਮਾਨਾ ਕੋਈ ਪੁੱਛਣ ਵਾਲਾ ਨਹੀਂ ਬਾਗ ਦਾ ਮਾਲੀ ਹੈ ਨੀ ਚਾਰ ਚੰਕਾਰ ਉਗਦਾ ਹੁੰਦਾ ਜਿਹਦਾ ਜੀ ਚਾਹੁੰਦਾ ਬਕੀ ਜਾਂਦਾ ਕੋਈ ਫੜੇ ਤੇ ਪਤਾ ਲੱਗਦਾ ਉਹ ਖੈਰ ਉਹਦੇ ਐ ਇਮਾਮ ਸ਼ੌਕਾਨੀ ਰਹਿਮਤੁਲਾਹ ਦੀ ਕਿਤਾਬ ਹੈ ਹੁਣ ਹਦੀਸ ਬਿਆਨ ਕੀਤੀ ਹੈ ਬੁਸਰ ਬਿਨ ਅਰਤਾਦ ਇਹ ਵੀ ਸਾਹਬੀ ਹੈ
ਕਿ ਇੱਕ ਆਦਮੀ ਨੂੰ ਉਹਨੇ ਚੋਰੀ ਕਰਦਿਆਂ ਪਾਇਆ, ਮੌਕਾ ਜੰਗ ਦਾ ਸੀ, ਜੰਗ ਚ ਚੋਰੀ ਕੀਤੀ ਤੇ ਕੋੜੇ ਮਾਰੇ ਬੁਸਰ ਨੇ ਉਹਨੂੰ ਹੱਥ ਨਹੀਂ ਵੱਢੇ। ਔਰ ਕਿਹਾ ਕਿ ਰਸੂਲ ਸਲਸਲ ਨੇ ਸਾਨੂੰ ਮਨਾ ਕੀਤਾ ਕਿ ਜੰਗ ਦੇ ਦੌਰਾਨ ਅਗਰ ਚੋਰੀ ਵੀ ਕਰੇ ਤਾਂ ਹੱਥ ਨਹੀਂ ਕੱਟਣਾ, ਹੋਰ ਕੋਈ ਸਲਾਹ ਦੇ ਦਿਓ, ਚੋਰੀ ਨਹੀਂ, ਇਹ ਕੱਟਣਾ ਨਹੀਂ ਹੈ। ਕੁਰਾਨ ਪਾਕ ਦਾ ਹਾਲਾ ਕਿਉਂਕਿ ਅਹਿਮਦ ਅਬੂ ਦਾਊਦ ਨਸਾਈ ਲਿਆ ਤੇ ਇਹ ਬੁਸਰ ਬਿਨ ਅਰਤਾਦ ਹਜ਼ਰਤ ਮੁਆਵਿਆ ਤੋਂ ਜ਼ਿਆਦਾ ਬਦਨਾਮ ਹੈ। ਇਹਨੇ ਉਹ ਜੁਰਮ ਕੀਤੇ ਆ ਜਿਹੜੇ ਅੱਜ ਤੱਕ ਮੁਸਲਮਾਨ ਸ਼ਰਮਿੰਦਾ ਆ ਕੇ ਇਸਲਾਮ ਚ ਵੜ ਕੇ ਅਰਸਾਦੀ ਹੋ ਕੇ ਆ ਕਰ ਰਹੇ ਸੀ, ਕਹਿਰ ਖੁਦਾ ਦਾ ਕੀਤਾ। ਔਰ ਹਜ਼ਰਤ ਮੁਆਵਿਆ ਦੇ ਕਹਿਰ ਤੇ ਸ਼ਾਮੋਂ ਟੁਰ ਕੇ ਯਮਨ ਤੱਕ ਅਣਗਿਣਤ ਬੰਦਾ ਕਤਲ ਕੀਤਾ, ਬੱਚੇ ਮਾਰੇ, ਕਿਸੇ ਤੇ ਰਹਿਮ ਨਹੀਂ, ਔਰਤਾਂ ਨੂੰ ਬਾਜ਼ਾਰਾਂ ਚ ਖੋਕ ਕੇ ਕੁੜੀਆਂ ਵੇਚਿਆ ਇਹਨੇ, ਜਿਹੜਾ ਜੁਰਮ ਕਦੀ ਨਹੀਂ ਸੀ ਮੁਸਲਮਾਨਾਂ ਨੇ, ਮੁਸਲਮਾਨ ਬੱਚੀਆਂ ਦੀ ਬੈਤ ਕੀਤੀ ਇਹਨੇ, ਇਹ ਬੁਸਰ ਹੋ। ਮਗਰ ਇਮਾਮ ਸ਼ੌਕਾਨੀਆਂ ਲਿਖ ਲੈ ਕੁਲੀਏ ਸਮਝੋ ਪਿੱਟ ਪੈਂਦੇ ਆ ਸਾਬੀ ਨੂੰ, ਕਿਉਂ ਆਖਿਆ ਸਾਬੀ ਗਲਤ ਵੀ ਹੋ ਸਕਦਾ, ਮਗਰ ਹਦੀਸ ਲੈਣੀ, ਹਦੀਸ ਨਹੀਂ ਸੀ ਛੱਡਣੀ। ਇਹਦੇ ਤੇ ਇਮਾਮ ਸ਼ੌਕਾਨੀ 145 ਸਫ਼ਾ ਔਰ ਨਹਿਰੁਲ੍ਲਾਹ ਦਾ ਸੱਤਵੀਂ ਤੋਂ ਫਰਮਾਇਆ ਵਲੋ ਅਖਬਾਰ ਮਸ਼ਹੂਰ ਆ ਬਈ, ਜੋ ਇਹਨੇ ਕੀਤਾ ਉਹ ਰੁਕਿਆ ਸੀ ਪਿਆ, ਜਿਹੜਾ ਆਦਮੀ ਤਾਰੀਖ ਪੜ੍ਹਦਾ ਉਹਨੂੰ ਪਤਾ ਇਹ ਬੰਦਾ ਜਿਹੜਾ ਹੈ ਕਿ ਦਿਲ ਚ ਰਾਈ ਇਮਾਨ ਵੀ ਨਜ਼ਰ ਆਉਂਦਾ। ਔਰ ਇਮਾਮ ਯਹਯਾ ਇਬਨ ਮਾਇਨ ਫਰਮਾਇਆ ਲਾ ਯੁਹਸਿਨ ਸਲਾਤ, ਉਹਨਾਂ ਆਖਿਆ ਇਹਨੂੰ ਨਾ ਚੰਗਾ ਕਿਆ ਕਰੋ, ਲੰਬ ਕੁਲ ਇਸਤਿਕਾਮਾ ਬਾਅਦ ਨਬੀ, ਹਜ਼ੂਰ ਦੀ ਮੌਤ ਤੋਂ ਬਾਅਦ ਰਾਏ ਰਾਸ ਤੋਂ ਹਟ, ਬਿਲਕੁਲ ਮਰਤਦ ਜਿਵੇਂ ਹੋ ਜਾਂਦਾ ਬੰਦਾ, ਇੱਦਾਂ ਦਾ ਐਸੇ ਐਸੇ ਜ਼ੁਲਮ ਇਹਨੇ ਕੀਤੇ ਜਿਹਦਾ ਅੰਦਾਜ਼ਾ ਕੋਈ ਨਹੀਂ। ਹਜ਼ਰਤ ਅਬਾਸ ਦੇ ਦੋ ਪੋਤੇ ਮਾਂ ਦੇ ਸਾਹਮਣੇ ਦਬਾ ਕੀਤੀ, ਬੇਚਾਰੀ ਦੀਵਾਨੀ ਪਾਗਲ ਕਰਤੂਤ ਇਹ ਹੈ ਜੇ ਇਮਾਮੇ ਸ਼ੌਕਾਨੀ ਫਰਮਾਉਂਦੇ ਆ ਇਹ ਕੀ ਮੁਸੀਬਤ ਹੋਈ, ਇੱਕ ਪਾਸੇ ਹਦੀਸਾਂ ਲੈਂਦੇ ਆ ਇੱਕ ਪਾਸੇ ਨੇ ਵਲਾ ਹੂ ਬਿਆ ਆਸਾਰ ਫਦੀਸਾ, ਕਿ ਯਮਨ ਦਾ ਹਾਕਮ ਬਣਿਆ ਔਰ ਉੱਥੇ ਉਹ ਕਰਤੂਤ ਕੀਤੇ ਜਿਹੜੇ ਬਿਆਨ ਵੀ ਨਹੀਂ। ਔਰ ਇਮਾਮ ਆ ਫਿਰ ਲਿਖਦਾ ਵਲਾ ਯਕਤਾ ਮੁਨਸਿਫਨਾ ਲੈ ਸਾਡਾ ਹਲੇ ਦੇ ਪਾਏ, ਹਾਂ ਸਾਹਬਾ ਦੇ ਦਫਾ ਦੇ ਬਣੇ ਆ ਤੇ ਮੈਨੂੰ ਕਹਿੰਦੇ ਇਲਮ ਪੜੋ, ਸਾਹਬੀ ਅਗਰ ਬੁਰਾ ਤਾਂ ਬੁਰਾ ਹੈ ਮਗਰ ਉਹਨੇ ਅਗਰ ਹਦੀਸ ਬਿਆਨ ਕੀਤੀ ਸਿਰ ਮੱਥੇ, ਹਾਂ ਇਹ ਬੇਜੋੜ ਗੱਲ। ਤੋ ਫਰਮਾਉਂਦੇ ਇਮਾਮ ਸ਼ੌਕਾਨੀ ਵਲਾ ਯਰਤਾ ਮੁਨਸਿਫ ਅਨਦਰੁਲ ਲੈਸਾ ਬਿਆਨ ਦੇ, ਕੋਈ ਬੰਦਾ ਜਿਹੜਾ ਇਨਸਾਫ ਨਾਲ ਕਿਤਾਬਾਂ ਪੜ੍ਹੇ ਸ਼ੱਕ ਨਹੀਂ ਕਰ ਸਕਦਾ ਕਿ ਬੰਦਾ ਇਸ ਕਾਬਲ ਜਿਹੜੀ ਰਵਾਇਤ ਕਦ ਪਾਲਾ ਫਿਰ ਇਸਲਾਮ ਅਫਾਈ ਲਾ ਤਸਤੁਰ ਅਮਨ ਸੀ ਕਰਦੇ ਨਿਸਕਾਲ ਹੱਬਤ ਮੈਨੀ ਮਾਨਾ, ਮੈਂ ਇੱਥੇ ਤਾਂ ਗਿਆ ਕਦੀ ਇਹ ਅੱਠ ਦਿਲ ਦਾ ਜਿਹੜਾ ਫਤਵਾ ਐ ਰਜੀ ਕੱਢੋ ਨਹਿਰੋ ਲੋਕਾ ਕੀ ਇਮਾਮ ਸ਼ੌਕਾਨੀ ਦਾ ਯਮਨ ਦਾ ਚੀਫ ਜਸਟਿਸ ਸੀ। ਫਰਮਾਇਆ ਇਸ ਬੰਦੇ ਨੇ ਉਹ ਕੰਮ ਕੀਤੇ ਹੈ ਜਿਹੜੇ ਕਿਸੇ ਬੰਦੇ ਤੋਂ ਜਿਹਦੇ ਚ ਰਾਈ ਵੀ ਮਾਨ ਦੀ ਸਾਦਰ ਨਹੀਂ, ਰਾਈ ਮਾਨ ਵਾਲਾ ਵੀ ਡਰੂਗਾ ਮਗਰ ਇਹ ਨਹੀਂ ਕਰੇ। ਕਮਾਤ ਜ਼ਮਨਤ ਜ਼ਾਲਿਕ ਕੁਤਬੁ ਤਾਰੀਖ ਬਹੁਤ ਵਾਰ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹੋ ਤਹਜ਼ੀਬੋ ਤਹਜ਼ੀਬ ਪੜ੍ਹੋ ਤੇ ਤੁਹਾਨੂੰ ਪਤਾ ਲੱਗੂ ਕਿ ਇਹ ਕਿਹੋ ਜਿਹਾ ਫਸਬੂਤ ਸਿਹਤ ਮਜ਼ਹਬ ਰਾਜੇ ਬਲਵਾਜ਼ ਹਾਜ਼ਰ ਮੌਦ ਉਹ ਮੈਦਾਨ ਕਿ ਜਿਹੜੇ ਸਾਹਬਾਂ ਨਾਲ ਮਹੱਬਤਾਂ ਨੇ ਐਬ ਨਹੀਂ ਦੱਸਣਾ, ਬਸ਼ਰ ਨਹੀਂ ਫਰਿਸ਼ਤੇ ਐਬ ਆ। ਔਰ ਦੂਜੇ ਪਾਸੇ ਹਦੀਸ ਨਹੀਂ ਮੰਨਣੀ, ਇਫਰਾਤ ਉਹ ਤਫਰੀਕ ਦੋਵੇਂ ਬਿਰਾ ਗਰਕ ਕਰ ਰਿਹਾ, ਬਸ਼ਰ ਆ ਗਲਤੀਆਂ ਮੰਨਣੀਆਂ ਹਦੀਸ ਨੂੰ ਨਹੀਂ ਛੇੜਨਾ। ਤੋ ਇਮਾਮ ਫਰਮਾਉਂਦੇ ਫਸਬੂਤ ਸੋਬਤੀ ਸਹਾਬੀ ਹੋਣਾ ਇਹ ਨਹੀਂ ਲਸੰਸ ਦਿੰਦਾ ਲਾ ਯਾਰ ਫਬ ਕਦਾਮ ਇਹਨੂੰ ਬੁਰਾ ਨਾ ਕਿਹਾ ਜਾ, ਇਹ ਮਸਲਾ ਕੋਲੋਂ ਤੁਸੀਂ ਬਣਾਇਆ ਵੀ ਸਾਬੀ ਸੀ ਬੁਰਾ ਨਾ ਕਹੋ, ਰਸੂਲਾ ਦੇ ਜ਼ਮਾਨੇ ਦਾ ਲਸੰਸ ਮਿਲਿਆ ਗੁਨਾਹ ਦਾ ਬਲਕਿ ਜ਼ਿਆਦਾ ਕਸੂਰਵਾਰ ਕਿ ਨਬੀ ਦੇ ਨਾਲ ਰਹਿ ਕੇ ਤੂੰ ਬੰਦਾ ਨਹੀਂ ਬਣਿਆ। ਅਲਾ ਮਾਹੌਲ ਮਜ਼ਹਬ ਰਾਜੇ ਸਹੀ ਔਰ ਪੱਕੀ ਗੱਲ ਹੈ ਕਿ ਸਾਬੀ ਵੀ ਮੁਜਰਮ ਹੈ ਕੌਲ ਦਾ ਜੁਰਮ ਬਲਵਾ ਇਜਮਾ ਆਂਦੇ ਨਹੀਂ ਕੌਲ ਵੀ ਕਈ ਨਹੀਂ ਇਜਮਾ ਇਹ ਸਾਬੀ ਨੂੰ ਕਦਾ ਕੀਤਾ ਜਾ ਬੁਰਾ ਕਿਹਾ ਜਾ ਲਾ ਯਖਤਲਫ ਫੀ ਅਹਦ ਇਲਮ ਇਹਦੇ ਚਿਹਰੇ ਇਲਮ ਦਾ ਕੋਈ ਇਖਤਲਾਫ ਨਹੀਂ ਕਮਾ ਹੱਕਤ ਨਾ ਜ਼ਾਲਿਬ ਕੀ ਗੈਰ ਹਾਜ਼ਰ ਮੌਜ ਇਸ ਤੋਂ ਇਲਾਵਾ ਅਸੀਂ ਕਈਆਂ ਜਗ੍ਹਾ ਤੇ ਇਸ ਬਹਿਸ ਨੂੰ ਸਾਬਤ ਕਰ ਚੁੱਕੇ ਹਾਂ ਵਹਕਤ ਔਰ ਅਲਾਮਤ ਮੁਹੰਮਦ ਬਿਨ ਇਬਰਾਹੀਮ ਰੀਅਲ ਫੀ ਤਨਖੀਹ ਔਰ ਇਹ ਇਮਾਮ ਮੁਹੰਮਦ ਬਿਨ ਇਬਰਾਹੀਮ ਵੀ ਇਹਨੂੰ
محقق ہے. مگر اگے فرماؤندے ولا کنے دا کان المناق فی قبول روایا ہوا تحریا صدق وادور کذب. مگر جدو حدیث نو منڑی پائی یہ کوئی نہیں جو برے کام کردا کنی اوتھے دارو مدار صرف ہے کہ آدمی سچ ہر وقت بولے حدیث اور جھوٹ نہ بولے. پرا ملازمت بین القدے فل عدالت عدم قبول روایا. واہ سونے نہ دیکھن دے آندے ایک پاسے مقبول عدالت ہی ہونا فاسق کبیرہ گناہ کرن والا دوجے پاسے دی حدیث بھی چلدی رہی کیونکہ ایتھے انہاں ہی چاہیے سی ایتھے تسلی کرو بے نہیں زہر نہیں کھولدا جدو نہیں وہ جھوٹ حدیث بولدا وہ عادل بھی نہیں کبیرہ گناہ دا مرتکب ہے. مگر حدیث پاک بھی وہ قبول 145 صفحہ اور 7 ہن بڑے بڑے امام جو امام ابن تیمیہ رحمت اللہ اے کتاب ہے جنوں اج کل سارے وردے آ ساڈے حنفی دوست جڑے نا بریلوی حضرات دیو بندی اے ہن گستاخ رسول دا مسئلہ نا کہ جڑا حضور دی گستاخی قتل کرو اے بھائی امام ابو حنیفہ دا مذہب نہیں ہو ہاں اور تقلیدی جڑے نا امام نو نہیں چھڑنا امام کدوں آندا انہاں نوں مارو اس دا عیسائی دن دہاڑے گلاں حضور نوں کرنا نہیں مار سکدے یہودی کردا نہیں کردا تسی جدوں نے اپنے ملک چ سایا سی ادوں نہیں سی پتا بھی حضور نوں نبی نہیں مندا اس کو تعریف سننا چاہندے جی جو دے دل چوں نے غریب نے کہنا پہلا نہ ملک رہن دے جدو ضمنی بنایا انہوں اپنے ملک کی گارنٹی دیتی ہے کوئی یہ نہیں تسی انہوں قتل کر دے امام ابو حنیفہ دا مسئلہ اور کئی واری پادری آئے سانو دے دے اسی جا کے پیش کر دیے ماں نہیں 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 حضور دی شان دے بارے میں تھوڑی مدد کیوں کرا مگر امام ابو حنیفہ رحمت اللہ علیہ دا ہی مطلب کہہ رہے ذمہ چ کوئی آدمی سب رسول سے قتل نہیں ہو سکتا وہ اگے ہی کافر ہے حضور نو جھوٹا آندا برا آندا انہیں ہور تعریف کرنی مگر باقی ساری امتاں باقی سارے اماماں دے کہ واجب القتل. اور ابن تیمیہ رحمت اللہ علیہ نے اتنے پوری کتاب لکھی اثار المسلول علی شاتم رسول کہ جڑے حضور نو گالاں کڈن آن دی ننگی چلا اس حوالے دیتے قتل دے رہا 600-700 سوے ہن بریلوی آلوی جدو لکھ دے نا بھائی ابن تیمیہ نا سی بڑے ناراض ہیں دجال سی کٹھاب سی بڑا گمراہ سی مگر اس مسئلے تو نے حضور دی شان دا حق ادا کیا. ہن یہ دیکھ حضرت معاویہ رضی اللہ عنہ تحقیق امام بھی بغیر تحقیق تو لے گیا یہ چھان بھی نہیں کی کہ کس دجال نے کری اور حضرت معاویہ رضی اللہ عنہ سے بہت بڑا عیب ہے مگر بس اپنے روا روی کے لیے 90 سن امام سفیان ثوری دے پائی عمر بن سعید بھی سکھا اپنے باپ پر روایت کردے سعید تو بھی سکھا ابایا کہ ابایا آندا ذکر قتل ابن ناصر کہندا معاویہ انہاں کتاباں دیکھو کیویں سپ بڑے دین نوں اڑا کے رکھ جان کتاباں تحقیق والیاں نا بیڑا ہی غرق ہو جائے مگر ان دی محنت درکار اللہ کول مدد منگنی پیندی ہے کہ حضرت معاویہ رضی اللہ عنہ دے کول ذکر ہویا کعب بن اشرف دے قتل کعب بن اشرف نوں رسول اللہ نے واقعی اس طرح قتل کرایا بے ہر کافر دا منہ کھل جاندا بھی آ رہے عجیب گل بندے کلے انہوں نے دھوکھے نہ جا کے انہوں نے محبت دی گلاں کیتیاں مڑ کے والاں تو پھڑ کے انہوں نے قتل کرتا دھوکھے نے یہ فسق دا معاملہ کہ انہوں آپ نے بغیر جنگ تو بندے پیج کے بندے بھی وہ دوست سی جنہوں نے اعتماد کر کے اتر آیا انہوں نے پھڑ لیا والاں تو قتل کر کفار آج تک ٹک دیا جو زمین سی حضور نے انہوں نے وعدہ کیتا سی دھوکھے نہ مرد آتا کعب بن اشرف تو حضرت معاویہ رضی اللہ عنہ دے کول وی اودی گل چلی کہ کعب بن اشرف قتل فکار ابن یمین کانا قتل قدر تو یہودی عالم ایک بیٹھا سی انہیں آخیا کعب دا قتل جڑا ہے قدر ہے یہ تہاڈے پیغمبر نے وعدہ خلافی کیتی ہے غداری بالکل ہے توڑیا مجرم ہے تہاڈا نبی حضرت معاویہ نہیں ٹوکیا. فکار محمد ابن مسلمہ تو حضرت محمد ابن مسلمہ صحابی دوسرے بیٹھے سے وہ کہیں گے یا معاویہ آئیو غدر رہن دا رسول اللہ صلی اللہ علیہ وسلم
ਇਹਦਾ ਕਰ ਰਸੂਲ ਲਾ ਸਕਦਾ ਸੁਮਲਾ ਤੁਨ ਤੇਰੀ ਕਚਹਿਰੀ ਚ ਤੂੰ ਐਸੇ ਮੁਸਲਮਾਨਾਂ ਦਾ ਹਾਕਮ ਆ ਤੇ ਹਜ਼ੂਰ ਦੀ ਉਮਤ ਦਾ ਖਲੀਫਾ ਬਣਿਆ ਅੱਲਾ ਦੇ ਨਬੀ ਨੂੰ ਸਾਹਮਣੇ ਗਾਲ ਕੱਢਣ ਦਿਆ ਜੋ ਗੱਦਾਰ ਸੀ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਤੂੰ ਟੋਕਦਾ ਨੀ ਬੜਾ ਵੱਡਾ ਸਾਬੀ ਸੁਣਾਉਂਦਾ ਕਿ ਅੱਜ ਤੋਂ ਬਾਅਦ ਅੱਲਾ ਦੀ ਕਸਮ ਮੈਂ ਔਰ ਤੂੰ ਇੱਕ ਛੱਤ ਥੱਲੇ ਇਕੱਠੇ ਨਹੀਂ ਆਉਂਦਾ ਮੈਂ ਨਹੀਂ ਤੇਰੇ ਕੋ ਆਉਣਾ ਤੂੰ ਕੋਈ ਤੇਰਾ ਇਸਲਾਮ ਰਸੂਲਾਂ ਨੂੰ ਗੱਦਾਰ ਕਹਿ ਰਿਹਾ ਔਰ ਤੂੰ ਟੋਕਦਾ ਵੀ ਵਰਾ ਯਖਲੋਲੀ ਦਮੋ ਸਭ ਤੋਂ ਇਮਾਮ ਇਹਦੇ ਨਹੀਂ ਲਾਇਆ ਕਿ ਮੈਨੂੰ ਜਦੋਂ ਹੀ ਮੌਕਾ ਮਿਲਿਆ ਮੈਂ ਇਸ ਬਣੇ ਜ਼ਮੀਨ ਨੂੰ ਕਤਲ ਕਰ ਆਪਣਾ ਇਹ ਫਾਇਦਾ ਉਠਾਇਆ ਮਗਰ ਆਹ ਗੱਲ ਜਿਹੜੀ ਕਿ ਬਾਕੀ ਅਗਰ ਹਜ਼ਰਤ ਮੁਆਵਜ਼ੇ ਦਾ ਇਹੋ ਕਿਰਦਾਰ ਸੀ ਵੀ ਉਹਦੇ ਸਾਹਮਣੇ ਰਸੂਲਾਂ ਨੂੰ ਗਾਲਾਂ ਪੈਂਦੀਆਂ ਸੀ ਉਹ ਚੁੱਪ ਕਰ ਰਹਿੰਦਾ ਸੀ ਤੇ ਫਿਰ ਉਹ ਸਾਹਬੀ ਨੇ ਠੀਕ ਕਿਹਾ ਵੀ ਮੈਂ ਨੀ ਤੇਰੇ ਨਾਲ ਇਕੱਠੇ ਹੋਣਾ ਫਿਰ ਇਹਨੂੰ ਯਾਰ ਮੁਸਲਮਾਨਾਂ ਕਾਹਦਾ ਕਰਨਾ ਇਹ ਹਜ਼ੂਰ ਦਾ ਦੁਸ਼ਮਣ ਹੋਇਆ ਕਿ ਜਿਹਦੇ ਅਸੀਂ ਗਮ ਸਾਹਮਣੇ ਹਜ਼ੂਰ ਨੂੰ ਐਸਾ ਕਿਹਾ ਜਾਏ ਕੁਛ ਨੀ ਸ਼ੁਕਰ ਹੈ ਅਲਹਮਦੁਲਿਲਾਹ ਅਲਹਮਦੁਲਿਲਾਹ ਇਹਦੇ ਅੰਦਰ ਕੌਣ ਹੈ ਬਾਈ ਝੂਠਾ ਆਖਰੀ ਝੂਠਾ ਅਬਾਇਆ ਜਿਹੜਾ ਹੈ ਮਦਹ ਦਾ ਬੇਦੀਨ ਹੈ ਕਜ਼ਾਦ ਹੈ ਇਹ ਜਿਹੜਾ ਆਖਰੀ ਬੰਦਾ ਨਾ ਜਿਹੜਾ ਆਉਂਦਾ ਹਜ਼ਰਤ ਮੁਆਵਜ਼ੇ ਕੋਲ ਇਹ ਬੇਈਮਾਨ ਬਿਲਕੁਲ ਇਹ ਇਬਨ ਤੈਮੀਆ ਰਹਿਮਤੁਲਾਲਾ ਦੀ ਕਿਤਾਬ ਤੇ ਹਾਸ਼ੀਆ ਲਿਖਣ ਵਾਲਿਆਂ ਨੂੰ ਚਾਹੀਦਾ ਸੀ ਲਿਖ ਦਿੰਦੇ ਕਿ ਗੱਲ ਹੀ ਸਹੀ ਔਰ ਮੈਂ ਕਈਆਂ ਕਿਤਾਬਾਂ ਚ ਪੜਿਆ ਸੀ ਯਾਦ ਹੋ ਇਹ ਇਲਜ਼ਾਮ ਦੇ ਤੌਰ ਪੇਸ਼ ਕਰ ਦਿੱਤੇ ਤੁਹਾਡੇ ਮੁਆਵਜ਼ੇ ਦਾ ਹਾਲ ਇਬਨ ਤੈਮੀਆ ਲਿਖਦਾ ਨਹੀਂ ਇਬਨ ਅਬਾਇਆ ਬਿਨ ਅਬਾਇਆ ਬਿਨ ਰਿਬੀ ਜਿਹੜਾ ਨਾ ਮੁਰਾਦ ਇਹ ਸਮਝੋ 300 ਸਫ਼ਾ ਔਰ ਇਹ ਕਿਤਾਬ ਲਿਸਾਨ ਉਲ ਮਿਜ਼ਾਨ ਹੈ ਇਮਾਮ ਇਬਨ ਹਜ਼ਰ ਦੀ 7 ਜਿਲਦਾਂ ਝੂਠੇ ਰਾਵੀ ਇਹ ਸਮਝੋ ਨੰਬਰ ਇਹਦਾ ਜਿਹੜਾ ਨਾ ਉਹ 4193 ਆ ਜਿੱਥੇ ਆਉਂਦਾ ਸਫ਼ਾ ਜਿਹੜਾ ਤਿੰਨ ਇੱਥੇ ਫਿਰ ਲਾਉਂਦੇ ਕਿ ਇਮਾਮ ਕਹਿਲੀ ਨੇ ਵੀ ਜ਼ਵਾਫਾਜ ਲਿਖਿਆ ਔਰ ਕਿਆ ਰਵਾਨ ਔਰ ਮੂਸਾ ਬਿਨ ਤਰੀਫ ਕਿ ਅਬਾਇਆ ਬਿਨ ਰਿਬੀ ਔਰ ਇਹਦਾ ਰਾਵੀ ਜਿਹੜਾ ਕਿ ਮੂਸਾ ਬਿਨ ਤਰੀਫ ਕਿਲਾ ਹਮਾ ਗਾਲ ਯਾਨ ਮੁਰਹਿਦਾਨ ਦੋਵੇਂ ਬੇਈਮਾਨ ਹੱਦੋਂ ਲੰਘੇ ਤੇ ਬੇਦੀਨ ਪੱਕੇ ਕਾਫਰ ਹੈ ਦੋਵੇਂ ਔਰ ਝੂਠੀਆਂ ਹਦੀਸਾਂ ਬਣਾਉਂਦੇ ਔਰ ਅੱਗੇ ਲਿਖਿਆ ਸਨੇਹ ਤੋਬਾ ਮਾਵਿਆ ਯਕੂਲ ਕਾਨ ਅਬਾਇਆ ਮਿਰ ਬੀ ਅਸ਼ਰਬ ਦਨ ਵਹਦ ਐਡਾ ਫਾਸਿਕ ਸੀ ਤੇ ਕੱਲਾ ਹੀ ਮਟਕਾ ਸ਼ਰਾਬ ਦਾ ਪੀ ਜਾਂਦਾ ਇਹ ਉਸ ਬੰਦੇ ਦੀ ਕਰੀ ਕਹਾਣੀ ਹੈ ਇਸ ਤੋਂ ਇਲਮ ਏ ਹਦੀਸ ਇਹ ਪਰਵੇਜ਼ੀਆਂ ਦੀ ਜਾਨ ਨੂੰ ਰੋ ਕਿ ਜਿਨ੍ਹਾਂ ਨੂੰ ਨਾ ਇਹਦੀ ਹਵਾ ਲੱਗੀ ਆ ਨਾ ਤੌਫੀਕ ਆ ਵੀ ਉਹ ਪੜ੍ਹ ਸਕਣ ਜਦੋਂ ਜੀ ਕਹਿੰਦਾ ਆਹ ਹਦੀਸ ਨਹੀਂ ਠੀਕ ਬਈ ਇਸ ਇਲਮ ਚ ਬੜੋ ਤੇ ਪਤਾ ਲੱਗਣਾ ਇਹ ਮੋਤੀਆਂ ਦੀ ਕਾਨ ਆ ਮਗਰ ਇਹ ਜਿਹੜੀ ਖੁਦਾਈ ਬਾਤ ਹੈ ਇਹ ਨਹੀਂ ਬਹਿਵੇਂ ਚੱਲਦੀ ਚਲਾਵੀ ਗੱਲ ਚੱਲਦੀਆਂ ਚਲਾਵੀਆਂ ਤੇ ਜਿਹੜੇ ਮੌਰਵੀ ਲੱਗੇ ਫਿਰ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਫਿਰ ਉਸ ਬੱਚੇ ਨੇ ਜਿਹਨੇ ਰੁੱਖਾ ਲਿਖਿਆ ਗੱਲ ਠੀਕ ਹੈ ਵੀ ਇੱਕ ਪਾਸੇ ਤੁਸੀਂ ਹਜ਼ਰਤ ਮੁਆਵਿਆ ਰਜ਼ੀਅੱਲਾਹੁ ਅਨਹੁ ਦੀ ਗਲਤੀਆਂ ਦੱਸਦੇ ਜੇ ਦੂਜੇ ਪਾਸੇ ਹਦੀਸਾਂ ਲਈ ਜਾਂਦੇ ਜੇ ਮੈਂ ਮਾਮਲਾ ਕਲੀਅਰ ਕਰਦਾ ਇਨਸ਼ਾਅੱਲਾ ਇੱਕ ਇਲਮੀ ਕੇਸ ਜਿਹੜੀ ਜਿਹੜਾ ਦੁਨੀਆਂ ਚ ਸੁਣੂਗਾ ਉਹਦੇ ਜ਼ਿਹਨ ਚੋਂ ਹਦੀਸ ਦੇ ਬਾਰੇ ਚ ਵਸਵਸੇ ਖਤਮ ਹੋ ਜਾਣਗੇ ਵੀ ਜ਼ਾਤੀ ਜ਼ਿੰਦਗੀ ਚ ਕਿਸੇ ਦੀਆਂ ਗਲਤੀਆਂ ਤੋਂ ਰਹਿਦਾ ਹਦੀਸ ਪਾਕ ਚ ਇੰਨਾ ਹੀ ਦਰਕਾਰ ਹੈ ਵੀ ਉਹ ਆਦਮੀ ਨੇ ਇਹ ਜ਼ਰੂਰਤ ਨਾ ਕੀਤੀ ਹੋਵੇ ਕਿ ਰਸੂਲਾ ਦਾ ਨਾਂ ਲੈ ਕੇ ਝੂਠ ਬੋਲਿਆ ਹੋਵੇ ਔਰ ਹਾਫਜ਼ਾ ਉਹਦਾ ਦਰੁਸਤ ਹੋਵੇ ਅਗਰ ਇਹਨਾਂ ਦੋਵਾਂ ਮਿਆਰਾਂ ਤੇ ਪੂਰਾ ਤੁਸੀਂ ਹਦੀਸ ਬਿਲਕੁਲ ਠੀਕ ਆ ਔਰ ਸ਼ੁਕਰ ਹੈ ਕਿ ਅਮਰ ਇਬਨ ਅਲ-ਆਸ ਰਜ਼ੀ ਅੱਲਾਹੁ ਅਨਹੁ ਹਜ਼ਰਤ ਮੁਆਵਿਆ ਰਜ਼ੀ ਅੱਲਾਹੁ ਅਨਹੁ ਦੀ ਹਦੀਸਾਂ ਦੀ ਜੇ ਤਾਈਦ ਵੀ ਕਰ ਦਿੱਤੀ ਇਮਾਮ ਨੇ ਕਿ ਇਹਨਾਂ ਜਿੰਨੀਆਂ ਬਿਆਨ ਕੀਤੀਆਂ ਜਿਹਨਾਂ ਉਹ ਸਾਰੇ ਦੂਜੇ ਸਾਬਾ ਤੋਂ ਹੈਗੀਆਂ ਇਸ ਤੋਂ ਪਤਾ ਚੱਲ ਗਿਆ ਵੀ ਇਸ ਬਾਰੇ ਚ ਬਿਲਕੁਲ ਕਲੀਅਰ ਹੈ ਸਾਫ਼ ਆ ਸੁਥਰਾ ਵਾਖਿਰ ਦਾਵਾਨ ਅਲਹਮਦੁਲਿਲਾਹ ਰੱਬਿਲ ਆਲਮੀਨ ਵਸੱਲੱਲਾਹੁ ਤਾਲਾ ਅਲਾ ਖੈਰ ਖਲਕੇ محمد وآله وأصحابه رب العالمين والصلاة والسلام على سيد المرسلين سيدنا ونبينا محمد وآله وأصحابه أما بعد ایک کلم ملیا سی تے اج جمعے تو پہلا ملیا جس تو تانوں اے اندازہ ہو جاؤ گا کہ میں جڑا ایک پرلا رہا نا اے کوئی بے جا بات نہیں ایک طوفان آیا اے کیا فتال عرب یعنی عرب کا شجاع اے پورا رسالہ حضرت سیدنا یزید رضی اللہ عنہ شان دی گل اے حضرت حسین بالکل لالچی ضدی اقتدار دا پکھا علی دی پوری اولاد دین دی دشمن علی دشمن تے دیوبندی عالم عظیم دی کر
ਸਾਥੀਆਂ ਲਿਖਿਆ ਤੇ ਛਾਪਿਆ ਰਹਿਰ ਹਦੀਸਾਂ ਦੇ ਮਕਤਬੇ ਤੋਂ ਆਦਮੀ ਲੈ ਕੇ ਆਇਆ। ਇੱਕ ਤੇ ਵੇਖ ਲਓ, ਇਹਨੂੰ ਪੜ੍ਹ ਕੇ ਤੁਸੀਂ ਵੇਖੋਗੇ, ਮੈਂ ਥੋੜਾ ਜਿਹਾ ਬਿਆਨ ਕਰਾਂ, ਤੁਸੀਂ ਉਂਝ ਪਿੱਟ ਮਰੋਗੇ ਕਿ ਯਾਰ ਸਾਹਬਾ ਦਾ ਢੌਂਗ ਰਚਾ ਕੇ ਅਲੀ ਯਾਰ ਉਹਦੇ ਪਾਰਟੀ ਦੇ ਬੰਦਿਆਂ ਨੂੰ ਸਾਬੀ ਵੀ ਨਹੀਂ, ਬੇਸ਼ਰਮੀ ਦੀ ਹੱਦ ਹੋ ਗਈ ਹੈ। ਔਰ ਇਹ ਕੱਲ ਸੀ ਕਾਲਮੇ ਦੀਨ ਨੇ ਰਸਾਲਾ ਵੀ ਅਲਫਲਾ ਮੈਨੂੰ ਪਹੁੰਚ ਗਿਆ, ਆਹ ਇੱਕ ਦੋਸਤ ਦਾ ਫੋਟੋ ਸਟੇਟ ਵੀ ਕਰਾ, ਵਾਕਿਆ ਕਰਬਲਾ ਕਿਆ ਹੱਕੋ ਬਾਤਲ ਕਾ ਮਾਰ ਕਰ, ਔਰ ਹੈਡਲਾਈਨ ਸੁਣ ਲਓ, ਵਾਕਿਆ ਕਰਬਲਾ ਅਗਰ ਹੱਕੋ ਬਾਤਲ ਕਾ ਮਾਰ ਕਾ ਹੋਤਾ ਔਰ ਯਜ਼ੀਦ ਪਾਸ ਕੋ ਫਾਜ਼ਰ ਇਨਸਾਨ ਹੋਤਾ ਤੋ ਹਜ਼ਰਤ ਹੁਸੈਨ ਰਜ਼ੀ ਨਾ ਯਜ਼ੀਦ ਕੇ ਹਾਥ ਪਰ ਬੈਤ ਕੇ ਲੀਏ ਕਭੀ ਤਿਆਰ ਨਾ ਹੋਤੇ। ਇਹ ਉਹ ਸਾਰੀ ਸ਼ਰਾਰਤ ਜਿਹਦਾ ਮੈਂ ਪਿਛਲੇ ਦਿਨ ਮੈਂ ਰੱਦ ਕਰ ਚੁੱਕਾ, ਬਿਨਾਂ ਹੁਸੈਨ ਰਾਜ਼ੀ ਹੋਏ ਤੇ ਨਾ ਉਹਨਾਂ ਨੇ ਕੋਈ ਮੁੜਨ ਦਾ ਇਰਾਦਾ ਕੀਤਾ, ਮਗਰ ਕੀ ਕਰੀਏ ਝੂਠ ਬਣਾ ਬਣਾ ਕੇ ਹਜ਼ਰਤ ਹੁਸੈਨ ਰਜ਼ੀ ਦਾ ਸਾਰਾ ਵਾਕਿਆ ਜਿਹੜਾ ਉਹ ਕਰ ਗਿਆ। ਇਹ ਦੋ ਨਮੂਨੇ ਦੇ ਤੌਰ ਤੇ ਅਲਫਲਾ ਵੀ ਰਸਾਲਾ ਅਹਿਲ ਹਦੀਸ ਹਜ਼ਰਾਤ ਦਾ ਨਿਕਲਿਆ, ਇਹ ਦੂਜਾ ਜੇ ਫਤਲ ਅਰਬ ਕਿ ਅਰਬ ਦਾ ਨੌਜਵਾਨ ਤੇ ਜੰਮਿਆ ਹੀ ਯਜ਼ੀਦ ਆ, ਇਹੋ ਜਿਹਾ ਕੋਈ ਜੰਮਿਆ? ਤੌਬਾ ਤੌਬਾ ਤੌਬਾ, ਕੀ ਕੀਤਾ? ਜੀਨ ਨਾ ਠੱਠਾ, ਜੀਨ ਨਾ ਮਜ਼ਾਕ ਕਰੇ, ਮਦਰਸਿਆਂ ਚ ਪੜ੍ਹਾ ਰਿਹਾ, ਬੜਾ ਨੇਕ ਸੀ, ਬੜਾ ਨੇਕ ਅਰੇ ਹੋਈ ਦਲੀਲ। ਇਹ ਮਹਿਮੂਦ ਅਹਿਮਦ ਅੱਬਾਸੀ ਖਬੀਸ਼ ਨੇ ਲਿਖੀਆਂ ਸੀ, ਉਹਦੀ ਨਕਲ ਹੈ, ਕੋਈ ਨਵਾਂ ਨਹੀਂ ਲਿਖਦਾ। ਫੈਜ਼ ਆਲਮ ਨਕਲ ਕਰ ਲੈਂਦਾ, ਉਹਦਾ ਵੀ ਸ਼ੇਰ ਅਜ਼ੀਮ ਉਦੀਨ ਲਿਖ ਲੈਂਦਾ, ਅਜ਼ੀਜ਼ ਅਹਿਮਦ ਲਿਖ ਲੈਂਦਾ, ਸਾਰੇ ਚੇਲੇ ਉਹਦੇ ਉਹੀ ਗੱਲਾਂ ਬਾਰ ਬਾਰ ਪੜ੍ਹ ਕੇ ਦੁਹਰਾਈ ਜਾਂਦੇ ਆ। ਇਹਨਾਂ ਦਾ ਜਵਾਬ ਦੇਣ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਸਾਡੇ ਨਜ਼ਦੀਕ ਹਜ਼ਰਤ ਹੁਸੈਨ ਰਜ਼ੀ ਅੱਲਾਹ ਵੀ ਜੰਨਤ ਦੇ ਜਵਾਨਾਂ ਦੇ ਸਰਦਾਰ ਹੈ, ਅਸੀਂ ਉਹਨਾਂ ਦੀ ਕਿਸਮਤ ਤੇ ਹਮਲਾ ਬਰਦਾਸ਼ਤ ਨਹੀਂ ਕਰਦੇ। ਇਹ ਜੰਨਤ ਮੇਂ ਮਰਦੋਂ ਕੇ ਲੀਏ ਤੋ ਹੂਰੇ ਹਨ, ਫਿਰਾਉਣ ਕੀ ਬੀਵੀ ਆਸੀਆ ਜੈਸੀ ਔਰਤੋਂ ਕੇ ਲੀਏ ਕੌਣ ਸੇ ਮਰਦ ਹੈ? ਪਰੇਸ਼ਾਨ ਨਾ ਹੋ ਤੇ ਫਿਕਰਮੰਦ ਹੋਣ ਦੀ ਲੋੜ ਨਹੀਂ, ਜੰਨਤ ਜਗ੍ਹਾ ਹੀ ਹੋਆ ਜਿੱਥੇ ਅੱਲਾਹ ਤਾਲਾ ਨੇ ਹਰ ਨਿਹਮਤ ਲੋਕਾਂ ਲਈ ਰੱਖੀ ਹੈ ਤੇ ਜੋ ਕਿਸੇ ਨੂੰ ਚਾਹੀਦਾ ਉਹਦੇ ਆਸੀਆ ਹਜ਼ਰਤ ਮਰੀਏ ਮੈਂ ਦੂਜੇ ਕੁਛ ਰਵਾਇਤਾਂ ਜਿਹੋ ਜਿਹੀ ਗੱਲਾਂ ਆਉਂਦੀਆਂ, ਮਗਰ ਸਾਬਤ ਉਹ ਵੀ ਨਹੀਂ। ਹਜ਼ੂਰ ਨੇ ਆਖਿਆ ਹਜ਼ਰਤ ਖਦੀਜਾ ਨੂੰ, ਖਦੀਜਾ ਤੈਨੂੰ ਪਤਾ ਤੇਰੀਆਂ ਸੌਂਕਣਾ ਜੰਨਤ ਚ? ਉਹਨਾਂ ਆਖਿਆ ਕੌਣ ਆ? ਆਖਿਆ ਫਾਤਮਾ, ਇਹ ਵੀ ਮਰੀਆਂ ਵੀ ਮੇਰੀ ਬੀਵੀ ਹੋਣੀ ਆ, ਆਸੀਆ ਵੀ ਮੇਰੀ ਬੀਵੀ ਹੋਣੀ ਆ, ਹਜ਼ਰਤ ਮੂਸਾ ਦੀ ਭੈਣ ਵੀ ਕੁਲਸੂਮ ਮੇਰੀ ਬੀਵੀ, ਸਾਬਤ ਉਹ ਵੀ ਨਹੀਂ ਮਗਰ ਗੱਲ ਠੀਕ ਹੈ। ਪਹਿਲਾਂ ਨੇ ਇਹਨਾਂ ਨੂੰ ਬਿਹਤਰ ਤੋਂ ਬਿਹਤਰ ਖਾਵਣ ਦੇਣੇ ਆ, ਉੱਥੇ ਬੜੇ ਹੋਣੇ ਜਿਹਨਾਂ ਜਿਹਨੂੰ ਪਸੰਦ ਕਰਨਗੇ, ਹਜ਼ੂਰ ਨੇ ਕਰ ਲੈਣੀ ਆ, ਅੱਲਾਹ ਨੂੰ ਕੋਈ ਤਕਲੀਫ਼ ਨਹੀਂ, ਅੱਲਾਹ ਨੇ ਦੇ ਦੇਣੇ। ਬਸ ਏਡੇ ਤੁਸੀਂ ਪਰੇਸ਼ਾਨ ਨਾ ਹੋ, ਉੱਥੇ ਸਭ ਨੂੰ ਅੱਲਾਹ ਉਹਨਾਂ ਦਾ ਸ਼ੌਕ ਪੂਰਾ ਕਰ ਦੇ, ਜੋ ਕੋਈ ਚਾਹੂਗਾ ਉਹ ਦਿੱਤਾ ਦਿਓ। ਇਹ ਬੜੀਆਂ ਨੇਕ ਔਰਤਾਂ, ਹਜ਼ੂਰ ਨੇ ਖੁਦ ਫਰਮਾਇਆ ਵੀ ਔਰਤਾਂ ਚੋਂ ਕਾਮਿਲ ਹੋਈਆਂ, ਤੇ ਆਸੀਆ ਮਰੀਆਂ ਮੈਂ ਹਜ਼ਰਤ ਖਦੀਜਾ ਫਾਤਮਾ ਚਾਰ ਨੂੰ ਗਿਣਿਆ ਕਿ ਕਾਮਿਲ। ਸਰਬਰਾਹਾਂ ਨੇ ਹਕੂਮਤ ਔਰ ਦੀਗਰ ਲੀਡਰਾਂ ਕੀ ਮੌਤ ਪਰ ਪਾਰਲੀਮੈਂਟ ਜਾਂ ਕਿਸੀ ਔਰ ਫੋਰਮ ਪਰ ਜੋ ਇੱਕ ਮਿੰਟ ਕੀ ਖਾਮੋਸ਼ੀ ਇਖਤਿਆਰ ਕੀ ਜਾਤੀ, ਇਸ ਕਾ ਦੀਨ ਮੈਂ ਕਿਆ ਮਤਲਬ, ਦੀਨ ਤੇ ਮਕਾਮ ਇਹਦਾ ਭਾਈ ਕੀ ਹੋਣਾ? ਜਦੋਂ ਸਾਨੂੰ ਇੰਨੀ ਅਕਲ ਵੀ ਨਹੀਂ ਹੁੰਦੀ, ਇੱਕ ਘੰਟਾ ਜੀ ਹੁਣ ਘੜੀਆਂ ਦਾ ਵਕਤ, ਨਾ ਕੋਈ ਢਿੱਡ ਪੀੜ ਹੋਈ ਹੈ ਬੇ ਤੋਂ ਬਗੈਰ ਗੁਜ਼ਾਰਾ ਨਹੀਂ, ਨਾ ਇਹਦਾ ਕੋਈ ਦੀਨੀ ਫਾਇਦਾ ਨੂੰ ਦੁਨਿਆ ਕੁਛ ਨਹੀਂ, ਕਾਫਰਾਂ ਨੇ ਕਰਨਾ ਅਸੀਂ ਕਰ ਲੈਣਾ। ਇਹਦੇ ਨੱਕ ਵਢਾਉਣ ਵਾਲੀ ਗੱਲ ਹੋਈ, ਬਹੁ ਨੇ ਵਢਾ ਲਿਆ ਅਸੀਂ ਵਢਾਈ ਜਾਣਾ, ਇਹਦਾ ਦੀਨ ਨੇ ਕੀ ਦੱਸਣਾ? ਦੀਨ ਤੇ ਹੀ ਆਉਂਦਾ ਕਿ ਸਭੋ ਬਿਲਕੁਫਾਰ ਹਰਾਮ, ਜਿਹੜਾ ਕੰਮ ਕਾਫਰ ਕਰਦੇ ਆ ਜੇ ਉਹ ਤੋਂ ਬਚ ਸਕਦੇ ਨਾ, ਬਿਲਕੁਲ ਏਦਾਂ ਦਾ ਨਹੀਂ ਟੱਟੀ ਉਹਨਾਂ ਵੀ ਉੱਥੋਂ ਦੀ ਕਰਨੀ, ਉਹਦੇ ਖਿਲਾਫ਼ ਮਾਲਾ ਬੁੱਧਾ ਮੈਨੂੰ ਚਾਰਾ ਹੀ ਕੋਈ ਨਹੀਂ, ਜਿਨ੍ਹਾਂ ਕੰਮਾਂ ਚ ਜ਼ਰਾ ਵੀ ਚਾਰਾ ਹੋ ਸਕਦਾ ਨਾ, ਅਸੀਂ ਕਾਫਰਾਂ ਦੇ ਕੰਮ ਤੋਂ ਰਹਿਦਾ ਹੋ ਸਕਦਾ। ਉੱਥੇ ਦੀਨ ਇਸਲਾਮ ਨੇ ਛੋਟਾ ਜਿਹਾ ਨਹੀਂ ਇੱਕ ਦਫ਼ਤਰ ਹੈ ਇਹਦਾ, ਇਬਨ ਤੈਮੀਆ ਰਹਿਮਤੁਲਾਹ ਦੀ ਕਿਤਾਬ ਇਕਤਦਾ ਸਰਾ, ਅਸੀਂ ਲਿਬਾਸ ਚ, ਚੱਲਣ ਫਿਰਨ ਚ, ਖਾਣੇ ਚ, ਉੱਠਣ ਬਹਿਣ ਚ, ਇਬਾਦਤਾਂ ਚ ਪਾਬੰਦ ਹੈ ਇਹਦੇ ਕਿ ਤੁਸੀਂ ਅੱਲਾਹ ਦੀ ਪੂਜਾ ਵੀ ਉਦਾਂ ਨਹੀਂ ਕਰਨੀ ਜਿਵੇਂ ਕੁਫਾਰ ਕਰਦੇ। ਇੰਨੀ ਨਫ਼ਰਤ ਹੋਣੀ ਚਾਹੀਦੀ ਕਿ ਖਬੀਸ ਫਰੀਦ ਬਿਲਕੁਲ ਲਾਂਤੀ ਅੱਲਾਹ ਦੇ ਦੁਸ਼ਮਣ ਆ, ਇਹਨਾਂ ਦੇ ਤਰੀਕਿਆਂ ਦਾ ਜ਼ਰਾ ਵੀ ਰੁਝਾਨ ਔਰ ਮੈਦਾਨ ਤੁਹਾਨੂੰ ਇਸਲਾਮ ਤੋਂ ਕਰ ਦੂਗਾ। ਮਨ ਰਸ਼ਬਾ ਕੌਮਨ ਪਾਬਨ, ਇੱਥੋਂ ਤੱਕ ਖਬਰ ਜਿਹੜਾ ਇਹਨਾਂ ਦੀਆਂ ਰੀਸਾਂ ਕਰੂਗਾ ਉਹਨਾਂ ਤੋਂ ਬਿਨਾਂ। ਇਮਾਮ ਹਮੀਦਉਦੀਨ ਫਰਾਈ ਰਹਿਮਤੁਲਾਹ ਅਲੈਹ ਸਲਾਹੀ ਸਾਹਿਬ ਦੇ ਉਸਤਾਦ ਸੀ, ਉਹ ਆਉਂਦੇ ਇੱਕ ਦਿਨ ਅਸੀਂ ਪੁੱਛਿਆ ਵੀ ਉਸਤਾਦ ਜੀ ਤੁਸੀਂ ਦਾੜੀ ਤੇ ਬੜਾ ਜ਼ੋਰ ਦਿੰਦੇ, ਇੱਡੇ ਹਕੀਮ ਔਰ ਫਲਸਫੀ ਆਲਮ ਦੇ, ਤੁਹਾਡੇ ਨਜ਼ਦੀਕ ਤੇ ਦਾੜੀ ਕੁਛ ਨਹੀਂ ਹੋਣੀ ਚਾਹੀਦੀ?
ਤੋ ਫਰਮਾਉਂਦੇ ਉਸਤਾਦ ਇਮਾਮ ਨੇ ਉਸ ਇੱਕ ਨੁਕਤਾ ਸਮਝਾਇਆ, ਉਹਨਾਂ ਕਿਹਾ ਇਸਰਾਈ ਜਦੋਂ ਹਵਾ ਦਾ ਰੁੱਖ ਵੇਖਣਾ ਹੁੰਦਾ ਨਾ ਤੇ ਜ਼ਿਮੀਂਦਾਰ ਜਾਂ ਲੋਕ ਮਿੱਟੀ ਦੀ ਚੁਟਕੀ ਅੜਾਉਂਦੇ ਪਤਾ ਲੱਗ ਜਾਂਦਾ ਵੀ ਹਵਾ ਕਿੱਧਰ ਹੈ। ਉਹ ਚੁਟਕੀ ਅੜਾਉਣਾ ਤੇ ਨਿੱਕੀ ਜੀ ਗੱਲ, ਮਗਰ ਪਤਾ ਬੜਾ ਲੱਗਦਾ ਹੁਣੇ ਹੁਣ ਕਿੱਧਰ ਨੂੰ ਜਾ ਰਹੀ ਤਾਂ ਅਸੀਂ ਕਿਵੇਂ ਫਿਰ ਰਵੱਈਆ ਅਖਤਿਆਰ ਕਰਨਾ। ਇਸੇ ਛੋਟੀ ਛੋਟੀ ਗੱਲਾਂ ਰੁਝਾਨ ਦਾ ਇਹਦਾ ਹੁਣ ਸ਼ੌਕ ਜਿਹੜਾ ਕਾਫਰਾਂ ਨੂੰ ਜਾ ਰਿਹਾ ਹੈ, ਕਾਂਠਾ ਬਦਲ ਗਿਆ। ਅਗਰ ਇਸਲਾਮ ਹੋਊਗਾ ਨਫ਼ਰਤ, ਰਸੂਲ ਕਰੀਮ ਅਲੈਹਿਸਲਾਮ ਨੇ ਤਾਂ ਅਸ਼ੂਰੇ ਦਾ ਰੋਜ਼ਾ ਕਹਿਤਾ ਵੀ ਇਹ ਜੇ ਦਸਵੀਂ ਦਾ ਰੱਖਦੇ ਅਸੀਂ ਇੱਕ ਹੋਰ ਰੱਖਾਂ ਨਾ। ਨਮਾਜ਼ਾਂ ਹਰਾਮ ਕਰਤੀਆਂ ਕਿ ਸੂਰਜ ਨਿਕਲ ਰਿਹਾ ਹੋਵੇ ਸਿਰ ਤੇ ਹੋਵੇ ਡੁੱਬ ਰਿਹਾ, ਇਹਨਾਂ ਵਕਤਾਂ ਚ ਅੱਲਾ ਨੂੰ ਵੀ ਸਜਦਾ ਨਾ ਕਰੋ। ਕਾਫਿਰ ਸੂਰਜ ਨੂੰ ਕਰ ਲਿਆ, ਹਾਲਾਂਕਿ ਸੂਰਜ ਨੂੰ ਕਰਦੇ ਸੀ, ਅਸੀਂ ਅੱਲਾ ਨੂੰ ਕਰਨਾ ਹੀ ਆਟਾ ਟਾਈਮ ਲੱਗ। ਤੇ ਇਹ ਹੁਣ ਕੀ ਕੀਤਾ ਜਾਏ? ਕਾਫਰਾਂ ਤੋਂ ਵੇਖ ਲਿਆ ਵੀ ਖਾਮੋਸ਼ ਰਹਿੰਦੇ ਖੜੇ ਰਹਿੰਦੇ, ਇਹ ਨੀ ਕੀ ਜ਼ਰੂਰ। ਅਗਰ ਉਹ ਨੇਕ ਸੀ ਮੋਮਨ ਸੀ ਤੇ ਦੁਆ ਕਰੋ ਉਹਦੀ, ਬੁਰਾ ਤੇ ਲਾਹਨਤ ਭੇਜੋ ਜਨਮ ਗਿਆ, ਤੁਸੀਂ ਉਹਦੇ ਲਈ ਕੀ ਖੜੇ ਹੁੰਦੇ ਫਿਰ ਕੇ? ਮੈਂ ਕੀ ਕਰ ਸਕਦਾ, ਇਹ ਅੰਨੇ ਹੋ ਗਏ ਬਿਲਕੁਲ। ਇਹਨਾਂ ਨੇ ਨਾ ਲੱਕ ਬਣ ਲਿਆ ਵੀ ਜੋ ਕਰੇ। ਇਸਲਾਮ ਮੈਂ ਮੰਗਣੀ ਕੀ ਕਿਆ ਅਹਿਮੀਅਤ ਹੈ, ਦਾਵਤ ਵਲੀਮਾ ਕੀ ਅਹਿਮੀਅਤ ਬਿਆਨ ਕੀ ਹੈ, ਨਿਕਾਹ ਕੇ ਬਾਅਦ ਉਸਕੀ ਨਾਲ ਵਲੀਮਾ ਕਬ ਕਰਨਾ ਚਾਹੀਏ, ਮੰਗਣੀ ਦੀ ਅਹਿਮੀਅਤ ਕਿਆ ਦੀ ਬਈ, ਮੰਗਣੀ ਵੀ ਇਸਲਾਮ ਤੇ ਖਿਤਬਾ ਇਹਨੂੰ ਕਿਹਾ ਜਾਂਦਾ। ਆਖਰ ਰਿਸ਼ਤੇਦਾਰ ਆਪਸ ਤੈਅ ਕਰਦੇ ਹੀ ਕਿਆ ਬੱਚੀ ਆ ਬੱਚਾ ਇਹਨਾਂ ਦਾ ਆਪਸ ਰਿਸ਼ਤਾ, ਇਹਨੂੰ ਖਿਤਬਾ ਕਿਹਾ ਜਾਂਦਾ। ਬਾਕੀ ਜੋ ਮੰਗਣੀ ਹੁਣ ਮੈਂ ਇੱਥੇ ਵੇਖੀ ਨਾ ਪਾਈ, ਅਜੇ ਸਾਡੇ ਵੱਡਿਆਂ ਦੇ ਖਿਆਲ ਜੀ ਨਹੀਂ ਆ ਸਕਦੀ ਤੇ ਵਿਆਹ ਚ ਉਨਾ ਖਰਚਾ ਨਹੀਂ ਆਉਂਦਾ, ਬੱਸਾਂ ਹੁੰਦੀਆਂ ਬੱਸਾਂ ਭਰੀਆਂ ਆਉਂਦੀਆਂ, ਮੰਗਣੀ ਹੁੰਦੀ ਫਿਰਦੀ। ਇਹ ਦਵਾਈ ਖੁਲਾ ਦੀ ਕੁਫਾਰ ਤੋਂ ਹੀ ਤੁਸੀਂ ਹਿੰਦੂਆਂ ਤੋਂ ਲੈ ਲਿਆ। ਗੱਲ ਸੀ ਬੰਦਿਆਂ ਬਜ਼ੁਰਗਾਂ ਨੇ ਜਾਣਾ, ਚਲੋ ਵਾਹ ਆਓ, ਕੋਈ ਰੁਪਈਆ ਰੱਖ ਆਇਆ ਉਹਨਾਂ ਨੇ ਇਧਰ ਆ ਕੇ ਰੁਪਈਆ ਰੱਖਤਾ, ਨਿਸ਼ਾਨੀ ਹੁੰਦੀ ਸੀ। ਇਹ ਤੇ ਤਬਾਹੀ ਵਾਲੀ ਗੱਲ ਹੋਈ, ਹੋਟਲ ਪਲਾਨ ਚ ਬੁਕਿੰਗ ਕਰਾਓ ਤੇ ਮੰਗਣੀ ਆਉਂਦੀ, ਇਹੋ ਜਿਹੀ ਮੰਗਣੀ ਕੋਈ ਨੀ, ਵਾਅਦਾ ਠੀਕ ਹੈ ਤੈਅ ਕਰਨਾ। ਔਰ ਵਲੀਮਾ ਜਿਹੜਾ ਬਿਲਕੁਲ ਅੱਲਾਹ ਦੇ ਰਸੂਲ ਨੇ ਫਰਮਾਇਆ ਵੀ ਭਾਵੇਂ ਥੋੜਾ ਜਿਹਾ ਵੀ ਕਰੋ, ਖਜੂਰਾਂ ਦੀ ਮੋਠੀ ਖਵਾ ਸਕਦੇ ਕਰੋ, ਵਲੀਮਾ ਕਰਨਾ ਚਾਹੀਦਾ ਲਾਜ਼ਮ। ਔਰ ਇਹਦਾ ਸਹੀ ਮੌਕਾ ਹੈ, ਬੀਵੀ ਘਰ ਆਵੇ ਆਪਣੇ ਘਰ ਤੋਂ ਦੋਵੇਂ ਮਿਲਣ, ਫਿਰ ਹੀ ਵਕਤ ਹੁੰਦਾ ਉਹਦਾ। ਜੇ ਇਸ ਤੋਂ ਬੱਚੀ ਦਾ ਨਿਕਾਹ ਕਰਦਾ ਮਗਰ ਅਜੇ ਰੁਖਸੀ ਨਹੀਂ ਹੋਈ, ਫਿਰ ਵਲੀਮਾ ਵਲੂਮਾ ਕੋਈ ਨੀ, ਜਦੋਂ ਟੋਰੋਗੇ ਉਦੋਂ ਵਲੀਮਾ, ਸੁਨਤ ਦੇ ਮੁਤਾਬਕ ਠੀਕ ਹੈ। ਹਾਂ, ਜ਼ਵਾਲ ਕੇ ਔਕਾਤ ਮੇਂ ਤਿਲਾਵਤ ਕਰਨੀ ਚਾਹੀਏ ਜਾਂ ਨਹੀਂ ਕਰੋ? ਤਿਲਾਵਤ ਕੋਈ ਬਾਤ ਨਹੀਂ, ਤਿਲਾਵਤ ਹਰ ਵਕਤ ਹੋ ਸਕਦੀ ਹੈ, ਸੂਰਜ ਨਿਕਲ ਰਿਹਾ ਹੋਵੇ ਸਿਰ ਤੇ ਸਜਦਾ, ਸਜਦਾ ਕਰਨਾ ਇਹ ਨਹੀਂ ਕਰ ਸਕਦੇ, ਬਾਕੀ ਤਿਲਾਵਤ ਜ਼ਿਕਰ ਅਜ਼ਕਾਰ ਕਰ, ਇਹ ਕੋਈ ਨਹੀਂ ਕਰਨਾ। ਮੈਂ ਹੁਣ ਦਿਨ ਦਾ ਜ਼ਵਾਲ ਦਾ ਵਕਤ ਹੈ, ਪੜ੍ਹਨਾ ਵੀ ਨਹੀਂ, ਪੜ੍ਹਨ ਦਾ ਕੋਈ ਡਰ। ਵਾਕਿਆ ਕਰਬਲਾ ਜਾਂ ਯਹੂਦੀਆਂ ਰਚੀਆਂ, ਇਹ ਕਾਲਮੇ ਦੀਨ ਨੇ ਖੁਤਬਾ ਦਿੱਤੇ, ਹਾਦਸਾ ਕਰਬਲਾ, ਮਸਾਹਿਬ ਅਹਿਲੇ ਬੈਤ, ਖੁਤਬਾ ਤੇ ਹੁਸੈਨ, ਖੁਤਬਾ ਤੇ ਜ਼ੈਨਬ ਕੇ ਨਾਮ ਪਰ ਮਨਗੜਤ ਕਿੱਸੇ, ਇੰਨੇ ਸੌ ਸਾਲ ਬਾਅਦ ਯਹੂਦੀਆਂ ਰਸ਼ੀਆ ਮਸਲ ਸਾਦਾ ਲੋਕੋ ਮੇਂ ਫੈਲਾ ਦੀਏ, ਸਭ ਖੁਰਾਫਾਤ ਹਨ। ਮੋਹਤਰਮ ਮੌਲਾਨਾ ਕਿਆ ਮੌਰਖੀ ਨੇ ਇਸਲਾਮ ਮੈਂ ਇਸ ਬਾਰੇ ਮੇਂ ਕੁਛ ਵੀ ਨਹੀਂ ਲਿਖਾ, ਆਪਣੇ ਵੀ ਕਭੀ ਬਿਆਨ ਨਹੀਂ ਕਿਹਾ ਕਿਆ ਇਹ ਖੁਤਬਾ ਤੇ। ਮੈਂ ਭਾਈ ਜਿਹੜਾ ਸਹੀ ਹਿੱਸਾ ਉਹ ਬਿਆਨ ਕਰਦਾ ਨਹੀਂ, ਕੋਈ ਸਾੜ ਜੀ ਐਸਾ ਨਹੀਂ। ਬਾਕੀ ਖੁਰਾਫਾਤ ਦੇ ਨਬੀ ਨੂੰ ਨਹੀਂ ਲੋਕਾਂ ਮਾਫ਼ ਕੀਤਾ, ਉਹਦਾ ਨਾਂ ਲੈ ਕੇ ਉਹ ਜਾਲੀ ਬਣਾਤੀਆਂ, ਇੱਥੇ ਕਿਉਂ ਨਹੀਂ ਬਣਾਈਆਂ? ਛਾਂਟੀ ਤੇ ਕਰਨੀ ਪੈਣੀ ਹੈ, ਇਹ ਨਾ ਜੋ ਗੱਪ ਹੈ ਉਹਨੂੰ ਮੰਨੀ ਜਾਣਾ ਬਿਸਮੀ ਚਾਲਾ। ਇਹ ਬਸ ਸਿਲਸਿਲਾ ਤਰਬੀਅਤ ਬਦਰੀਆ ਕੁਰਾਨ ਹਕੀਮ ਮਰਕਾ 7 ਅਪ੍ਰੈਲ ਬਰੋਜ਼ ਐਤਵਾਰ ਬਾਅਦ ਨਮਾਜ਼ ਮਗਰਬ ਮਸਜਿਦ ਉਲ ਅਜ਼ੀਮ 520 ਪੀਪਲਸ ਕਾਲੋਨੀ ਨਿਜ਼ ਕਲੀਨਿਕ ਡਾਕਟਰ ਮੀਆਂ ਫਾਰੂਕ ਅਹਿਮਦ ਫੈਸਲਾਬਾਦ ਸੈਯਦ ਕਫੀਰ ਅਹਿਮਦ ਹਾਸ਼ਮੀ ਸਾਹਿਬ ਸੂਰਾ ਇਨਸ਼ਕਾਕ ਕਾ ਦਰਸ ਦੇਂਗੇ ਇਨਸ਼ਾ ਅੱਲਾਹ ਤਾਲਾ। ਆਪ ਸੇ ਸ਼ਿਰਕਤ ਕੀ ਦਰਖਾਸਤ ਐਤਵਾਰ ਪਰਸੋਂ ਨੂੰ ਮਸਜਿਦ ਚ ਤਹਿਰੀਕ ਇਸਲਾਮੀ ਕੇ ਇਜਮਾ ਪਰਸੋਂ ਮਰਕਾ ਬਰੋਜ਼ ਐਤਵਾਰ ਸੁਬਹਾ 8:30 ਸ਼ੁਰੂ ਹੋਗਾ। ਅਹਿਬਾਬ ਸੇ ਸ਼ਿਰਕਤ ਕੀ ਅਪੀਲ ਹੈ? ਤਜ਼ਕੀਆ ਨਫਸ ਕਿਤਾਬ ਸਿਰਫ 15 ਰੁਪਏ। ਇਹ ਮਾਸਟਰ ਆਬਦ ਸਾਹਿਬ ਨੇ ਮੈਨੂੰ ਪਿਛਲੇ ਜੁਮੇ ਦਿੱਤੀ ਸੀ, ਮੈਂ ਲੈ ਗਿਆ, ਪੜ੍ਹੀ 60-70 ਸਫ਼ੇ ਦੀ ਕਿਤਾਬ ਹੈ, ਮੁਨੀਰ ਅਹਿਮਦ ਖਲੀਜੀ ਸਾਹਿਬ ਦੀ ਹੀ, ਬਹੁਤ ਬਿਹਤਰ। ਮੈਂ ਇਹਦਾ ਕੋਈ 70 ਸਫ਼ਾ ਨਹੀਂ ਛੱਡ ਸਕਿਆ, ਇਹ ਹਾਸਲ ਕਰ ਲਓ ਕਿਉਂਕਿ ਤਜ਼ਕੀਆ ਨਫਸ
ਇਹ ਨਹੀਂ ਨਾ ਹੋਇਆ ਤੇ ਕੁਛ ਵੀ ਨਹੀਂ, ਨਾ ਨਮਾਜ਼ਾਂ ਰੋਜ਼ੇ ਹੱਜ ਕੁਛ ਵੀ ਨਹੀਂ ਰੱਖਿਆ, ਇਹ ਸਾਰੀਆਂ ਤੇ ਇਸੇ ਗੱਲੀ ਤਦਬੀਰਾਂ ਕਿ ਇਨਸਾਨ ਦੀ ਸਫਾਈ ਹੋ ਜਾਂਦਾ। ਉਹ ਬਿਮਾਰੀਆਂ ਵੀ ਦੱਸੀਆਂ ਬਹੁਤ ਆਲਾ ਕਿਤਾਬ, ਛੋਟੀ ਹੋਣ ਦੇ ਬਾਅਦ ਨਿਚੋੜ ਕਰ ਛੱਡਿਆ ਕਿ ਕਿਹੜੇ ਕਿਹੜੇ ਰੋਗ ਇਨਸਾਨ ਨੂੰ ਲੱਗਦੇ ਆ। ਨਹੀਂ ਢਿੱਡ ਪੀੜ ਹੋ ਗਈ, ਯਰਕਾਨ ਹੋ ਗਏ, ਜਿਸਮਾਨੀ ਰੂਹ ਨੂੰ ਕਿਹੜੀਆਂ ਬਿਮਾਰੀਆਂ ਲੱਗਦੀਆਂ, ਕਿਉਂ ਲੱਗਦੀਆਂ, ਉਹਨਾਂ ਦਾ ਇਲਾਜ ਕੀ ਹੈ। ਇਹ 15 ਰੁਪਈਏ ਸਮਝੇ ਖਜ਼ਾਨਾ ਜਿਹੜਾ ਤੁਸੀਂ ਹਾਸਲ ਕਰ ਸਕੋਗੇ। ਤਜ਼ਕੀਆ ਨਫਸ ਮੌਲਾਨਾ ਪੀਰਲਾ ਸਾਹਿਬ ਕੋ ਮਿਲ ਸਕੇ। اللهم صل على محمد وعلى آل محمد كما صليت على ابراهيم وعلى آل ابراهيم انك حميد مجيد۔ اے مسجد ہی بن رہی ہے جی، تعمیر لی بھی زیادہ سے زیادہ کوشش کریا کرو، حصہ پا لو، بن تے جانی ہے، ایدے کوئی حصہ پا لو، جب تک میں انشاءاللہ تواڈی اے نیکی دا سبب بنوں گی۔ ہاں کیا کرتی ہیں، اگے کرنی ہے کہ پیچھے کرنی ہے؟ ہاں اگلا ہی وقت ہے، مرضی۔ اللهم بارك على محمد وعلى آل محمد كما باركت على إبراهيم وعلى آل إبراهيم إنك حميد مجيد۔ اللهم اغفر للمؤمنين والمؤمنات والمسلمين والمسلمات الأحياء منهم والأموات، إن الله يأمر بالعدل والإحسان وإيتاء ذي القربى وينهى عن الفحشاء والمنكر والبغي۔ توبة ہوئی مگر یہ غلبہ جڑا نا کہ دعائی دے اٹھتے کہ میں کچھ نہیں، میرا مجھ میں کچھ بھی نہیں ہے، سب ہے تیرا۔ ہاں وہ سمجھ نو پاویں کہندے رہو بھی انہیں اللہ کہ اللہ کی کہنا جڑا بالکل سجدے کر کے کر دیا۔